ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਸਿੱਖੀ ਸਪੀਕਸ ਦੇ ਮਾਧਿਅਮ ਤੋਂ ਜੁੜਨ ਵਾਸਤੇ ਬਹੁਤ ਬਹੁਤ ਜੀ ਆਇਆਂ ਨੂੰ। ਮਹਾਰਾਜ ਦੀ ਕਿਰਪਾ ਤੇ ਸੰਗਤ ਦੀ ਅਸੀਸ ਸਦਕਾ ਅਸੀਂ ਫਿਰ ਆਪ ਜੀ ਸਾਰਿਆਂ ਦੇ ਰੂਬਰੂ ਉਹਨਾਂ ਗੁਰਸਿੱਖ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਨ੍ਹਾਂ ਦੇ ਜੀਵਨ ਨੂੰ ਜੀਣ ਵੇਲੇ ਉਹਨਾਂ ਨੇ ਗੁਰੂ ਸਾਹਿਬ ਦਾ ਸਹਾਰਾ ਲਿੱਤਾ ਔਰ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਬਣੇ। ਮਹਾਰਾਜ ਦੀ ਕਿਰਪਾ ਸਦਕਾ ਪਿਛਲੇ ਕੁਝ ਸਮੇਂ ਵਿੱਚ ਅਸੀਂ ਐਸੀ ਐਸੀ ਸ਼ਖਸੀਅਤਾਂ ਨਾਲ ਬੈਠੇ ਤੇ ਕੁਝ ਅਜਿਹੇ ਕੁਐਸਚਨ, ਕੁਝ ਅਜਿਹੇ ਸਵਾਲ ਜੋ ਜਨਰਲੀ ਸਾਡੀ ਜਨਰੇਸ਼ਨ ਦੇ ਮਨ ਵਿੱਚ ਹੁੰਦੇ ਨੇ ਪਰ ਅਸੀਂ ਪੁੱਛ ਨਹੀਂ ਪਾਉਂਦੇ। ਅਸੀਂ ਉਹਨਾਂ ਸਭ ਅਨਆਸਕ ਕੁਐਸਚਨ ਦੇ ਆਨਸਰ ਵਾਸਤੇ ਅਸੀਂ ਕੁਝ ਸਪੀਕਰਸ ਦੇ ਨਾਲ ਗੱਲ ਕੀਤੀ, ਅਸੀਂ ਗੁਰਸਿੱਖਾਂ ਨਾਲ ਬੈਠੇ ਵਿਚਾਰ ਵਟਾਂਦਰੇ ਕੀਤੇ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਸਾਡੇ ਨਾਲ ਭੈਣ ਜੀ ਜਲਨਿਧ ਕੌਰ ਜੀ ਨੇ ਤੇ ਜਿਸ ਟੌਪਿਕ ਉੱਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਐਕਸਲੈਂਸ ਆਫ ਐਜੂਕੇਸ਼ਨ ਰੂਟਡ ਇਨ ਸਿੱਖੀ। ਸਿੱਖ ਧਰਮ ਦੇ ਵਿੱਚ ਉਹ ਐਜੂਕੇਸ਼ਨ ਦਾ ਕੀ ਮੋਟਿਵ ਹੈ, ਉਹ ਪੜ੍ਹਾਈ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਲਿਪੀ, ਗੁਰਮੁਖੀ ਲਿਪੀ ਸਾਨੂੰ ਬਖਸ਼ਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਆਪਣੇ ਸਿੰਘਾਂ ਨੂੰ ਸ਼ਸਤਰ ਵਿਦਿਆ ਵਾਸਤੇ ਭੇਜਦੇ, ਜਿੱਥੇ ਆਪਣੇ ਸਿੱਖਾਂ ਨੂੰ ਹੋਰ ਕਲਾਵਾਂ ਵਿੱਚ ਪਰਪੱਕ ਕਰਦੇ, ਉੱਥੇ ਹੀ ਗੁਰਸਿੱਖਾਂ ਦੇ ਅੰਦਰ ਉਹ ਪੜ੍ਹਾਈ ਦਾ ਔਰ ਅਲੱਗ ਅਲੱਗ ਰੁਝੇਵਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਵਿਦਵਤਾ ਦਾ ਗੁਣ ਕਿਵੇਂ ਸਤਿਗੁਰਾਂ ਨੇ ਪਾਇਆ, ਕਿਵੇਂ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਰਹਿੰਦਿਆਂ ਹੋਇਆਂ ਜਿੱਥੇ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਕੌਮ ਦੇ ਫਿਊਚਰ ਦੀ ਗੱਲ ਕਰਦੇ ਹਾਂ, ਉੱਥੇ ਅੱਜ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਕਿ ਅੱਜ ਸਾਡੀ ਯੂਥ ਵਿੱਚ ਐਜੂਕੇਸ਼ਨ ਦੀ ਕੀ ਅਹਿਮੀਅਤ ਰਹਿ ਗਈ ਹੈ ਔਰ ਅਸੀਂ ਆਪਣੇ ਫਿਊਚਰ ਦੇ ਵਿੱਚ ਸਿੱਖੀ ਕੌਮ ਦੇ ਵਾਸਤੇ ਅਸੀਂ ਐਜੂਕੇਸ਼ਨ ਬੇਸਿਸ ਤੇ ਕੀ ਰੋਲ ਮਾਡਲ ਸੈੱਟ ਕੀਤੇ ਨੇ ਔਰ ਆਪਣੇ ਆਪ ਨੂੰ ਅਸੀਂ ਕਿੱਥੇ ਖੜਾ ਦੇਖਦੇ ਹਾਂ। ਆਓ ਇਸੇ ਲੜੀ ਨੂੰ ਅੱਗੇ ਤੋਰਦਿਆਂ ਅਸੀਂ ਭੈਣ ਜੀ ਜਲਨਿਧ ਕੌਰ ਜੀ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕੁਝ ਸੰਗਤ ਦੇ ਜਿਹੜੇ ਸਵਾਲ ਸਾਡੇ ਮਨਾਂ ਵਿੱਚ ਸਨ ਅਸੀਂ ਬੈਠ ਕੇ ਕੁਝ ਸਮੇਂ ਉਹਨਾਂ ਦੇ ਬਾਰੇ ਵਿਚਾਰ ਕਰ ਸਕੀਏ। ਭੈਣ ਜੀ ਆਪ ਜੀ ਦਾ ਜੁੜਨ ਵਾਸਤੇ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ, ਜਿਵੇਂ ਮੈਂ ਹੁਣੇ ਆਪ ਜੀ ਭੈਣ ਜੀ ਦੇ ਬਾਰੇ ਗੱਲ ਕਰ ਰਹੀ ਸੀ ਤੇ ਭੈਣ ਜੀ ਜਨਰਲੀ ਲੁਧਿਆਣੇ ਤੋਂ ਭੈਣ ਜੀ ਬਚਪਨ ਬਿਤਾਇਆ, ਫਿਰ ਡੇਲੀ ਜਾ ਕੇ ਭੈਣ ਜੀ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ, ਉਸ ਤੋਂ ਬਾਅਦ ਭੈਣ ਜੀ ਦੇ ਨਾਲ ਜਿਹੜੀ ਸਭ ਤੋਂ ਜੁੜੀ ਹੋਈ ਪਿਆਰੀ ਚੀਜ਼ ਅਸੀਂ ਰੋਡ ਸਕਾਲਰਸ਼ਿਪ ਬਾਰੇ ਜਦ ਸੁਣਿਆ ਤੇ ਸਾਡੇ ਮਨ ਵਿੱਚ ਇੱਕ ਬੜੀ ਐਕਸਾਈਟਮੈਂਟ ਆਈ ਕਿ ਸਿੱਖੀ ਕੌਮ ਵਾਸਤੇ ਬੜਾ ਪ੍ਰਾਊਡ ਮੂਵਮੈਂਟ ਸੀਗਾ ਜਿਸ ਵੇਲੇ ਭੈਣ ਜੀ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਿਆ ਤੇ ਰਾਈਟ ਨਾਓ ਭੈਣ ਜੀ ਆਪਣੀ ਰੀਸਰਚ ਜਿਹੜੀ ਹੈ ਉਹ ਕਰ ਰਹੇ ਨੇ ਯੂਕੇ ਤੋਂ। ਸੋ ਪਹਿਲੇ ਤੇ ਆਪ ਜੀ ਦਾ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਅਸੀਂ ਜੇਕਰ ਇਸ ਲੜੀ ਨੂੰ ਸ਼ੁਰੂ ਕਰੀਏ ਤੇ ਮੈਂ ਸਭ ਤੋਂ ਪਹਿਲੇ ਆਪ ਜੀ ਤੋਂ ਇੱਕ ਚੀਜ਼ ਜਾਣਨਾ ਚਾਹਾਂਗੀ ਕਿ ਵਾਟ ਇਜ਼ ਐਜੂਕੇਸ਼ਨ, ਪੜ੍ਹਾਈ ਸਾਡੇ ਵਾਸਤੇ ਕੀ ਹੈ ਤੇ ਉਹਦਾ ਕੀ ਕਿਸੇ ਵੀ ਇੰਡੀਵਿਜੁਅਲ ਦੀ ਲਾਈਫ ਦੇ ਵਿੱਚ ਪੜ੍ਹਾਈ ਦਾ ਕੀ ਰੋਲ ਹੁੰਦਾ ਹੈ। ਗ੍ਰੇਟ ਜੀ, ਥੈਂਕ ਯੂ ਫੋਰ ਹੈਵਿੰਗ ਮੀ ਹੇਅਰ। ਸਭ ਤੋਂ ਪਹਿਲੇ ਮੈਂ ਸਾਰੇ ਜੁੜੇ ਹੋਏ ਯੂਥ ਨੂੰ ਵੈਲਕਮ ਕਰਦੀ ਹਾਂ। ਇਟਸ ਅ ਗ੍ਰੇਟ ਪਲੇਟਫਾਰਮ ਜਿੱਥੇ ਅਸੀਂ ਸਾਰੇ ਕਨੈਕਟ ਹੋ ਰਹੇ ਹਾਂ ਤੇ ਆਪਣੇ ਇਸ਼ੂਜ਼ ਬਾਰੇ ਡਿਸਕਸ਼ਨ ਕਰ ਰਹੇ ਹਾਂ। ਤੇ ਭੈਣ ਜੀ ਨੇ ਬੜੀ ਸੋਹਣੀ ਇੰਟਰੋਡਕਸ਼ਨ ਦਿੱਤੀ ਹੈ ਤੇ ਬੜਾ ਅੱਛਾ ਕੁਐਸਚਨ ਪੁੱਛਿਆ ਹੈ ਕਿ ਅੱਜ ਦੀ ਲਾਈਫ ਦੇ ਵਿੱਚ ਐਜੂਕੇਸ਼ਨ ਦਾ ਕੀ ਰੋਲ ਹੈ। ਸੋ ਜੋ ਮੈਂ ਸੋਚਦੀ ਹਾਂ, ਮੇਰੀ ਟ੍ਰੇਨਿੰਗ ਇਕਨੋਮਿਕਸ ਵਿੱਚ ਹੈ, so the way we are trained to think about education is ke education is a form of investment, ek investment hai jehdi tonu returns dindi hai, right? Te worldly level te sanu kis tarah de returns milde ne? Education jadon assi acquire karde ha, we are more empowered, assi empower hunne ha to deal with people, to go on with our lives, so ede naal personal growth hundi hai. But at the same time, on a spiritual level, education also enables spiritual growth. Kyunki jadon assi Guru Maharaj da sahaj paath karna hai, sab toh pehle prerequisite hai ki sanu Punjabi akharan da gyan hove, education, basic literacy hove. Phir at a higher level, education sanu help kardi hai to gather different perspectives and take charge of our lives. ਤੇ ਅਸੀਂ ਜਦੋਂ ਇਸ ਵਰਲਡਲੀ ਐਜੂਕੇਸ਼ਨ ਨਾਲ ਇੰਪਾਵਰ ਹੋ ਕੇ ਗੁਰੂ ਦਾ ਗਿਆਨ ਹਾਸਲ ਕਰਦੇ ਹਾਂ ਤਾਂ ਮੈਂ ਸੋਚਦੀ ਹਾਂ ਅਸੀਂ ਕਹਿ ਲਓ ਇੱਕ ਇੱਕ ਐਨਲਾਈਟਨਮੈਂਟ ਵਾਲੇ ਪਾਥ ਦੇ ਉੱਤੇ ਅੱਗੇ ਵਧਦੇ ਹਾਂ। ਸੋ
ਸੋ ਅਸੀਂ ਗੁਰੂ ਦੇ ਸਿੱਖ ਬਣਨ ਵਾਸਤੇ ਹੋਰ ਇੰਪਾਵਰ ਹੁੰਨੇ ਆ। ਬਿਊਟੀਫੁਲ ਭੈਣ ਜੀ, ਬਿਊਟੀਫੁਲ ਭੈਣ ਜੀ। ਜੇਕਰ ਮੈਂ ਆਪ ਜੀ ਨੂੰ ਇਹ ਚੀਜ਼ ਪੁੱਛਾਂ ਕਿ ਜਿਵੇਂ ਅਸੀਂ ਹੁਣੇ ਮੈਂਸ਼ਨ ਕੀਤਾ ਹੈ ਨਾ, ਕਿਵੇਂ ਆਪ ਜੀ ਲੁਧਿਆਣੇ ਤੋਂ ਉੱਠ ਕੇ ਪਹਿਲੇ ਸੇਂਟ ਸਟੀਫਨ ਕਾਲਜ ਦਿੱਲੀ ਤੱਕ ਹੈ ਨਾ, ਉਸ ਤੋਂ ਬਾਅਦ ਕਿਵੇਂ ਰੋਡ ਸਕਾਲਰਸ਼ਿਪ ਆਕਸਫੋਰਡ, ਤੇ ਇਹ ਜੀ ਮੈਂ ਜਰਨੀ ਦੀ ਗੱਲ ਕਰਾਂ ਇਹ ਸਾਰੀ ਦੀ, ਤੇ ਹਾਊ ਡਿਡ ਯੂ ਮੇਡ ਇਟ, ਮਤਲਬ ਕਿਵੇਂ ਪਤਾ ਲੱਗਿਆ ਰੋਡ ਸਕਾਲਰਸ਼ਿਪ ਬਾਰੇ, ਕਿਉਂਕਿ ਅੱਜ ਕੱਲ੍ਹ ਸਾਡੀ ਜਨਰੇਸ਼ਨ ਵਿੱਚ ਇੰਨੀ ਅਵੇਅਰਨੈਸ ਨਹੀਂ ਹੈਗੀ ਹੈ ਨਾ, ਸਾਨੂੰ ਨਹੀਂ ਇਦਾਂ ਦੀ ਚੀਜ਼ਾਂ ਬਾਰੇ ਪਤਾ ਹੁੰਦਾ, ਸੋ ਹਾਊ ਡਿਡ ਇਟ ਹੈਪਨ, ਤੇ ਤੁਸੀਂ ਉਸ ਜਰਨੀ ਬਾਰੇ ਕੁਝ ਦੱਸੋ। श्योर जी, वुड लव टू शेयर। सो मैं लुधियाने विच गुरु नानक पब्लिक स्कूल विच स्कूलिंग कीती है, ते थ्रू आउट माई स्कूल ईयर्स मैनू बुक्स का बड़ा शौक हुंदा सी। आई यूज टू रीड वाइडली। एक मैं मैसेज सारे यूथ नू जेड़े जुड़े ने देना चाहवांगी, रीड वाइडली। सो मैं दसदी हाँ, सो जो मैं सैवंथ क्लास हुंदी सी, मैं कोई बुक पढ़ी तो वो ऑथर दे जिहड़ी डिस्क्रिप्शन दिती सी, उहदे च लिखिया सी कि he is a Rhodes scholar. Te odo that was the first time I encountered this word, ke Rhodes scholar. So main papa to puchhya hai ki hunda hai, and incidentally unhan nu pata si, unhan ne kya bete ek scholarship hundi, badi vaddi hundi hai, it's a very prestigious scholarship jehdi Oxford jaan waste mildi hai. Fir main odo halanki main 2-3 saala baad jadon mainu internet access milya, ਤੇ ਮੈਂ ਇੰਟਰਨੈਟ ਤੇ ਸਰਚ ਕੀਤਾ, ਦੈਟਸ ਵੈਨ ਆਈ ਗੋਟ ਟੂ ਨੋ ਮੋਰ ਅਬਾਊਟ ਦ ਰੋਡ ਸਕਾਲਰਸ਼ਿਪ। ਸੋ ਆਈ ਥਿੰਕ ਦ ਫਰਸਟ ਸਟੈਪ ਵਾਸ ਜਸਟ ਅਵੇਅਰਨੈਸ, ਗੈਟਿੰਗ ਟੂ ਨੋ ਕਿ ਅੱਛਾ ਇਸ ਤਰ੍ਹਾਂ ਦੀ ਕੋਈ ਸਕਾਲਰਸ਼ਿਪ ਹੁੰਦੀ ਹੈ ਜਿਹੜੀ ਤੁਹਾਨੂੰ ਫੁੱਲ ਫੰਡਿੰਗ ਦਿੰਦੀ ਹੈ ਇਫ ਯੂ ਕੁਆਲੀਫਾਈ ਫਾਰ ਇਟ ਟੂ ਸਟੱਡੀ ਐਟ ਦ ਯੂਨੀਵਰਸਿਟੀ ਆਫ ਆਕਸਫਰਡ। ਤੇ ਚਲੋ ਇਹ ਤਾਂ ਇੱਕ ਇੰਸੀਡੈਂਟ ਸੀ, ਬਟ ਦੈਨ ਜਦੋਂ ਮੈਂ 12th ਵਿੱਚ ਸੀ ਤੇ ਉਦੋਂ ਮੇਰਾ ਡ੍ਰੀਮ ਸੀ, ਗੋਲ ਸੀ ਟੂ ਟੂ ਸਟੱਡੀ ਐਟ ਸੇਂਟ ਸਟੀਵਨਸ ਕਾਲਜ ਡੈਲੀ। ਸੋ ਮਨ ਵਿੱਚ ਇੱਕ ਡ੍ਰੀਮ ਸੀ, ਇੱਕ ਸੁਪਨਾ ਸੀ ਕਿ ਮੈਂ ਇੰਡੀਆ ਦੇ ਟੋਪ ਕਾਲਜ ਵਿੱਚ ਪੜ੍ਹਨਾ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਤੇ ਮੈਂ ਉੱਥੇ ਪਹੁੰਚ ਗਈ। ਤੇ ਜਦੋਂ ਆਈ ਥਿੰਕ ਮੈਂ ਸੈਕਿੰਡ ਈਅਰ ਵਿੱਚ ਸੀ ਆਪਣੇ ਬੈਚਲਰਸ ਦੇ ਦੌਰਾਨ, ਤੇ ਮੈਂ ਇੱਕ ਸੀਨੀਅਰ ਨੂੰ ਗੱਲ ਕਰਦੇ ਸੁਣਿਆ। ਉਹਨੇ ਕੁਦਰਤੀ ਅਪਲਾਈ ਕੀਤਾ ਹੋਇਆ ਸੀ ਰੋਡ ਸਕਾਲਰਸ਼ਿਪ ਵਾਸਤੇ, ਤੇ ਉਹ ਮੈਨੂੰ ਦੱਸ ਰਹੀ ਸੀ ਕਿ ਉਸ ਇੰਟਰਵਿਊ ਕਿਸ ਤਰ੍ਹਾਂ ਦੀ ਹੋਈ, ਤੇ ਉਦੋਂ ਮੈਨੂੰ ਕਲਿੱਕ ਕੀਤਾ, ਵਾਓ ਮੈਨੂੰ ਤਾਂ ਪਤਾ ਹੈ ਰੋਡ ਸਕਾਲਰਸ਼ਿਪ ਬਾਰੇ, ਮੈਂ ਪੜ੍ਹਿਆ ਹੋਇਆ ਇਹਦੇ ਬਾਰੇ। ਓਕੇ, ਸੋ ਲੋਕੀ ਅਪਲਾਈ ਵੀ ਕਰਦੇ ਨੇ। ਆਈ ਥਿੰਕ ਦੈਟ ਵਾਸ ਦ ਸੈਕਿੰਡ ਸਟੈਪ ਕਿ ਮੈਨੂੰ ਜਦੋਂ ਹੋਰ ਪਤਾ ਲੱਗਿਆ ਕਿ ਵਾਟ ਇਜ਼ ਅ ਪਾਥਵੇ, ਕਿਵੇਂ ਅਪਲਾਈ ਕਰਨਾ, ਕਿਹੜੀ ਸਟੇਜ ਤੇ ਆ ਕੇ ਅਪਲਾਈ ਕਰਨਾ। ਤੇ ਆਈ ਸਟਾਰਟਿਡ ਸਰਚਿੰਗ ਵੈਬ ਤੇ ਕੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ। ਇੱਕ ਗੱਲ ਮੈਂ ਸ਼ੇਅਰ ਕਰਨਾ ਚਾਹਾਂਗੀ ਕਿ ਕਈ ਵਾਰੀ ਅਸੀਂ ਜਦੋਂ ਜੇ ਤੁਸੀਂ ਅੱਜ ਸੰਗਤ ਜੁੜੀ ਹੈ, ਤੁਸੀਂ ਰੋਡ ਸਕਾਲਰਸ਼ਿਪ ਸਰਚ ਕਰੋ ਗੂਗਲ ਤੋਂ, ਤੇ ਤੁਸੀਂ ਯੂਲ ਬੀ ਟੇਕਨ ਟੂ ਦੇਅਰ ਵੈਬਸਾਈਟ, ਤੇ ਕਈ ਵਾਰ ਅਸੀਂ ਉਹਦੀ ਡਿਸਕ੍ਰਿਪਸ਼ਨ ਜਦੋਂ ਪੜ੍ਹਦੇ ਹਾਂ ਪਹਿਲੀ ਵਾਰ ਤੇ ਬੜੀ ਓਵਰਵੈਲਮਿੰਗ ਲੱਗੇਗੀ, ਤੇ ਅਸੀਂ ਬੜੇ ਲੋਕੀ ਆਪਣੇ ਆਪ ਨੂੰ ਕੁਐਸਚਨ ਕਰਨ ਲੱਗ ਜਾਵਾਂਗੇ ਕਿ ਐਮ ਆਈ ਰੀਅਲੀ ਦਿਸ ਸਟੱਫ, ਐਮ ਆਈ ਰੀਅਲੀ ਮੇਡ ਫੋਰ ਇਟ, ਸ਼ਾਇਦ ਕੀ ਮੈਨੂੰ ਅਪਲਾਈ ਕਰਨਾ ਚਾਹੀਦਾ ਹੈ ਕਿ ਨਹੀਂ। ਇੱਦਾਂ ਦੇ ਕੁਐਸਚਨ ਸਾਡੇ ਅੰਦਰ ਆ ਜਾਂਦੇ ਨੇ, ਸੈਲਫ ਡਾਊਟ। ਤੇ ਆਈ ਵੁੱਡ ਸੇ ਜਦੋਂ ਇਸ ਤਰ੍ਹਾਂ ਦੀ ਫੀਲਿੰਗ ਆਵੇ, ਦਿਸ ਇਜ਼ ਵੇਅਰ ਸਿੱਖੀ ਹੈਲਪਸ ਯੂ। ਗੁਰੂ ਸਾਹਿਬ ਸਾਨੂੰ ਇਹੀ ਸਿਖਾਉਂਦੇ ਨੇ ਕਿ ਅਸੀਂ ਐਕਸਲੈਂਸ ਵੱਲ ਜਾਣਾ ਹੈ, ਬੀ ਇਟ ਐਕਡੈਮਿਕ ਐਕਸਲੈਂਸ, ਸਪਿਰਿਚੁਅਲ ਐਕਸਲੈਂਸ। ਤੇ ਆਈ ਥਿੰਕ ਜੇ ਤੁਹਾਡੇ ਮਨ ਵਿੱਚ ਇਹ ਭਰੋਸਾ ਹੈ ਗੁਰੂ ਸਾਹਿਬ ਮੇਰੇ ਨਾਲ ਨੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ, ਤੇ ਯੂ ਆਰ ਏਬਲ ਟੂ ਟੇਕ ਦ ਫਸਟ ਸਟੈਪ। The first step is to apply. ਸਾਡੇ ਚੋਂ ਬੜੇ ਲੋਕੀ ਅਪਲਾਈ ਹੀ ਨਹੀਂ ਕਰਦੇ। ਈਵਨ ਮੈਂ ਜਦੋਂ ਸੇਂਟ ਸਟੀਫਨਸ ਕਾਲਜ ਵਿੱਚ ਸੀ, ਮੇਰੀ ਕਲਾਸ ਵਿੱਚ ਸਿਰਫ 2 ਬੱਚਿਆਂ ਨੇ ਅਪਲਾਈ ਕੀਤਾ ਸੀ, ਬਾਕੀਆਂ ਨੇ ਅਪਲਾਈ ਹੀ ਨਹੀਂ ਕੀਤਾ। ਆਈ ਡੋਂਟ ਨੋ ਵਟ ਵਾਜ਼ ਦ ਰੀਜ਼ਨ, ਇਨਫੋਰਮੇਸ਼ਨ ਗੈਪ ਸੀ, ਜਾਂ ਕਈਆਂ ਨੇ ਸੋਚਿਆ ਕਿ ਮੈਂ ਨਹੀਂ ਕਰ ਸਕਦਾ ਇਹ, ਇਟ ਵਾਜ਼ ਜਸਟ ਦਿਸ ਬਿਲੀਫ ਕਿ ਮੈਂ ਨਹੀਂ ਕਰ ਸਕਦਾ, ਨਹੀਂ ਕਰ ਸਕਦੀ, ਵਿਚ ਡਿਡਨਟ, ਜਿਹਦੇ ਕਰਕੇ ਲੋਕਾਂ ਨੇ ਅਪਲਾਈ ਨਹੀਂ ਕੀਤਾ। ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਇਹ ਜਿਹੜਾ ਹੌਸਲਾ ਬਖਸ਼ਿਆ, ਕਰੇਜ ਬਖਸ਼ੀ ਕਿ ਅਪਲਾਈ ਕਰ ਦਿੰਦੇ ਹਾਂ, ਦੇਖੀ ਜਾਵਾਂਗੇ ਅੱਗੇ ਕੀ ਹੁੰਦਾ। ਤੇ ਜਦੋਂ ਅਪਲਾਈ ਕਰ ਦਿੱਤਾ, ਇੱਕ ਇੱਕ ਰਾਊਂਡ, ਹਰ ਸਟੈਪ ਉਹਦੇ ਸਟੈਪਸ ਹੁੰਦੇ ਨੇ, ਦੇਰ ਇਜ਼ ਐਨ ਐਸੇ ਰਾਊਂਡ, ਤੁਸੀਂ ਉਹਦੇ ਵਿੱਚ ਇੱਕ ਆਪਣੇ ਬਾਰੇ ਸਟੇਟਮੈਂਟ ਆਫ ਪਰਪਸ ਲਿਖਦੇ ਹੋ, ਆਪਣੇ ਬਾਰੇ ਲਿਖਦੇ ਹੋ ਕਿ ਮੇਰੇ ਕੀ ਗੋਲਸ ਨੇ ਲਾਈਫ ਦੇ, ਮੈਂ ਕਿਉਂ ਕਰਨਾ ਚਾਹੁੰਦੀ ਹਾਂ, ਮੈਂ ਇਸ ਐਜੂਕੇਸ਼ਨ ਨਾਲ ਅੱਗੇ ਕੀ ਕਰਾਂਗੀ। ਸੋ ਤੁਸੀਂ ਉਹ ਇੱਕ ਵਾਰੀ ਲਿਖਦੇ ਹੋ, ਤੇ ਉਹ ਜਿਹੜੀ ਸਟੇਟਮੈਂਟ ਹੁੰਦੀ ਹੈ, ਦੈਟਸ ਪ੍ਰੀਟੀ ਮੱਚ ਦ ਫੰਡਾਮੈਂਟਲ ਪਾਰਟ ਆਫ ਦੀ ਐਪਲੀਕੇਸ਼ਨ, ਕਿਉਂਕਿ ਤੁਸੀਂ ਆਪਣਾ ਇੰਟੈਂਟ ਜਾਂ ਪਰਪਸ ਕਨਵੇ ਕਰ ਰਹੇ ਹੋ ਉਸ ਸਕਾਲਰਸ਼ਿਪ ਕਮਿਟੀ ਨੂੰ।
ਤੇ ਆਈ ਥਿੰਕ ਬੜੇ ਬੱਚੇ ਅੱਜ ਕੱਲ ਅਪਲਾਈ ਕਰਨ ਲੱਗ ਗਏ ਨੇ। ਇੱਕ ਮੈਂ ਸੀਕ੍ਰੇਟ ਸ਼ੇਅਰ ਕਰਨਾ ਚਾਹਾਂਗੀ। ਸੋ ਮੇਰੀ ਜਿਹੜੀ ਸਟੇਟਮੈਂਟ ਆਫ ਪਰਪਸ ਹੈ, ਇਟਸ ਅਵੇਲੇਬਲ ਆਨਲਾਈਨ, ਤੁਸੀਂ ਪੜ੍ਹ ਸਕਦੇ ਹੋ ਮੈਂ ਉਦੋਂ ਕੀ ਲਿਖਿਆ ਸੀ ਉਸ ਐਸੇ ਵਿੱਚ। ਇਟਸ ਲਾਈਕ ਅ ਪਰਸਨਲ ਐਸੇ, ਤੁਸੀਂ ਆਪਣੀ ਜਰਨੀ ਲਿਖਦੇ ਹੋ। ਤੇ ਕਈ ਵਾਰੀ ਕਈ ਜੀ ਬੱਚੇ ਪੜ੍ਹ ਕੇ ਕਹਿੰਦੇ ਨੇ ਨਹੀਂ ਮੈਂ ਤਾਂ ਨਹੀਂ ਇਸ ਤਰ੍ਹਾਂ ਦਾ ਲਿਖ ਸਕਾਂਗੀ, ਬਟ ਆਈ ਜਸਟ ਵਾਂਟ ਟੂ ਟੈਲ ਐਵਰੀਵਨ ਕਿ ਇਹ ਜਿਹੜਾ ਐਸੇ ਤੁਸੀਂ ਨੈਟ ਤੇ ਦੇਖ ਰਹੇ ਹੋ, ਜਿਹੜਾ ਕਿ ਮੈਂ ਉਦੋਂ ਲਿਖਿਆ ਸੀ, ਦਿਸ ਵਾਸ ਨਾਟ ਦ ਫਰਸਟ ਵਰਜ਼ਨ, ਦਿਸ ਵਾਸ ਦ 25th ਵਰਜ਼ਨ ਆਫ ਦ ਐਸੇ। ਮੈਂ ਬਾਰ 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 ਉਹ ਐਸੇ ਲਿਖਿਆ, ਕਿਸੇ ਨੂੰ ਦਿਖਾਇਆ, ਫੀਡਬੈਕ ਲਈ, ਥੋੜੀ ਹੋਰ ਇੰਪਰੂਵਮੈਂਟ ਕੀਤੀ, ਕਰਦੇ ਕਰਦੇ 25 ਵਾਰ ਉਹ ਐਸੇ ਲਿਖਿਆ ਗਿਆ। ਐਂਡ ਇਟਸ ਅ ਫਾਈਨਲ ਵਰਜ਼ਨ ਦੈਟ ਯੂ ਸੀ ਅਪ ਦੇਅਰ। ਸੋ ਉਹ ਗੁਰੂ ਜੀ ਸਾਹਿਬ ਦੀ ਬਖਸ਼ਿਸ਼ ਹੋਈ, ਉਹ ਜਿਹੜੀ ਇੰਨੀ ਸਾਰੀ ਫਾਈਨ ਟਿਊਨਿੰਗ ਕਰਕੇ, ਬਾਰ ਬਾਰ ਮਿਹਨਤ ਕਰਕੇ ਉਸ ਐਸੇ ਤੱਕ ਪੁੱਜੀ। ਤੇ ਉਸ ਤੋਂ ਬਾਅਦ ਜਦੋਂ ਫਰਸਟ ਰਾਊਂਡ ਹੋਇਆ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਐਂਡ ਆਈ ਕਲੀਅਰ ਦੈਟ ਰਾਊਂਡ ਟੂ ਮੂਵ ਟੂ ਦ ਨੈਕਸਟ ਰਾਊਂਡ, ਇੰਟਰਵਿਊ ਰਾਊਂਡ। ਤੇ ਇੰਟਰਵਿਊ ਰਾਊਂਡ ਵਿੱਚ ਵੀ ਆਈ ਥਿੰਕ ਵਨ ਥਿੰਗ ਜਿਹੜੀ ਕਿ ਮੈਨੂੰ ਲੱਗੀ ਵਿੱਚ ਵਿੱਚ ਹੈਲਪਡ ਮੀ ਵਾਸ ਜਸਟ ਦਿਸ ਗੋਲਡਨ ਪ੍ਰਿੰਸੀਪਲ। ਸੋ ਇੱਕ ਗੁਰਮੁਖ ਪਿਆਰੇ ਅੰਕਲ ਹੈਗੇ ਆ ਜਿਨ੍ਹਾਂ ਦੀ ਮੈਂ ਯੂਜਲੀ ਐਡਵਾਈਸ ਲੈਂਦੀ, ਆਈ ਕੰਸਿਡਰ ਹਿਮ ਮਾਈ ਮੈਂਟਰ, ਡਾਕਟਰ ਬ੍ਰਿਜਪਾਲ ਸਿੰਘ ਜੀ। ਹੀ ਇਜ਼ ਐਨ ਇਕੋਨਮਿਸਟ ਤੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਤੋਂ ਰਿਟਾਇਰ ਹੋਏ ਨੇ। ਤੇ ਮੈਂ ਇੰਟਰਵਿਊ ਤੋਂ ਪਹਿਲੇ ਉਹਨਾਂ ਨੂੰ ਪੁੱਛਿਆ, ਅੰਕਲ ਮੈਨੂੰ ਕੀ ਟਿਪ ਦਿਓਗੇ ਇੰਟਰਵਿਊ ਵਾਸਤੇ? ਹੀ ਸੈਡ ਅ ਵੈਰੀ ਸਿੰਪਲ ਥਿੰਗ, ਹੀ ਸੈਡ ਬੇਟਾ ਓਨੈਸਟੀ, ਰਿਮੇਨ ਓਨੈਸਟ, ਬੀ ਓਨੈਸਟ, ਬੀ ਹੂ ਯੂ ਆਰ, ਦੈਟਸ ਇਟ। ਜੇ ਤੁਹਾਨੂੰ ਕੁਛ ਨਹੀਂ ਆਉਂਦਾ, ਕਹਿ ਦਿਓ ਮੈਨੂੰ ਨਹੀਂ ਆਉਂਦਾ। ਡੋਂਟ ਫੀਅਰ ਟੂ ਸੇ ਆਈ ਡੋਂਟ ਨੋ, ਇਟਸ ਪਰਫੈਕਟ ਟੂ ਸੇ ਆਈ ਡੋਂਟ ਨੋ, ਬਟ ਵਾਟ ਇਜ਼ ਨਾਟ ਓਕੇ ਇਜ਼ ਕਿ ਤੁਹਾਨੂੰ ਕੋਈ ਸਵਾਲ ਪੁੱਛਿਆ ਜਾਏ, ਤੁਹਾਨੂੰ ਆਉਂਦਾ ਨਹੀਂ ਤੇ ਤੁਸੀਂ ਫੇਕ ਕਰਕੇ ਕੁਛ ਹੋਰ ਬਣਾ ਦਿਓ ਉਹਨੂੰ। ਦੈਟ ਇਜ਼ ਸਮਥਿੰਗ ਵਿਚ ਇਜ਼ ਨਾਟ ਡਨ। ਤੇ ਆਈ ਥਿੰਕ ਉਸ ਇੰਟਰਵਿਊ ਐਕਸਪੀਰੀਅੰਸ ਵਿੱਚ ਕਾਫੀ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ, ਟੈਕਨੀਕਲ ਕੁਐਸਚਨ ਇਕਨੋਮਿਕਸ ਦੇ, ਜਿਹੜੇ ਕਿ ਮੈਨੂੰ ਦੇ ਵਰ ਨਾਟ ਐਟ ਦ ਟੋਪ ਆਫ ਮਾਈ ਹੈਡ ਐਟ ਦੈਟ ਟਾਈਮ। ਉਹਨਾਂ ਨੇ ਪੁੱਛਿਆ, ਅੱਛਾ ਜੀ ਇਹ ਥਿਅਰਮ ਤੁਸੀਂ ਪੜ੍ਹਿਆ ਹੋਇਆ ਹੈ ਕਿ ਤੁਸੀਂ ਗੌਸ ਮਾਰਕਫ ਥਿਅਰਮ ਪੜ੍ਹਿਆ? ਕੈਨ ਯੂ ਟੈਲ ਮੀ ਦ ਸਟੇਟਮੈਂਟ ਆਫ ਗੌਸ ਮਾਰਕਫ ਥਿਅਰਮ? ਟੂ ਬੀ ਓਨੈਸਟ, ਮੈਨੂੰ ਉਸ ਵੇਲੇ ਉਸ ਮੂਮੈਂਟ ਵਿੱਚ ਨਹੀਂ ਯਾਦ ਸੀ। ਸੋ ਮੈਂ ਕਿਹਾ ਹਾਂਜੀ ਮੈਂ ਪੜ੍ਹਿਆ ਹੋਇਆ, ਬਟ ਆਈ ਡੋਂਟ ਰਿਮੈਂਬਰ। ਤੇ ਉਹ ਵਿਚਾਰੇ ਜਿਹੜੇ ਜਿਊਰੀ ਸੀ ਮੈਨੂੰ ਦੇਖਣ ਲੱਗ ਗਏ, ਤੇ ਬਟ ਬਿਕੋਜ਼ ਆਈ ਵਾਸ ਓਨੈਸਟ ਦੇ ਵਰ ਲਾਈਕ ਓਕੇ ਯੂ ਡੋਂਟ ਰਿਮੈਂਬਰ, ਬਟ ਇਹਦੇ ਰਿਲੇਟਡ ਤੁਹਾਨੂੰ ਕੁਛ ਯਾਦ ਹੋਏ ਉਹ ਦੱਸੋ। ਸੋ ਇਸ ਤਰ੍ਹਾਂ ਕਨਵਰਸੇਸ਼ਨ ਅੱਗੇ ਚੱਲ ਤੁਰੀ ਗਈ। ਸੋ ਜਿੱਦਾਂ ਜਿੱਦਾਂ ਮੈਨੂੰ ਆਉਂਦਾ ਸੀ ਮੈਂ ਦੱਸੀ ਗਈ, ਬਟ ਆਈ ਥਿੰਕ ਆਈ ਸਟਕ ਟੂ ਦੈਟ ਐਡਵਾਈਸ ਆਫ ਅੰਕਲ ਕੇ ਰਿਮੇਨ ਓਨੈਸਟ, ਜੋ ਆਉਂਦਾ ਹੈ ਦੱਸ ਦਿਓ, ਜੋ ਨਹੀਂ ਆਉਂਦਾ ਕਹਿ ਦਿਓ ਮੈਨੂੰ ਨਹੀਂ ਆਉਂਦਾ। ਸੋ ਦੈਟਸ ਹਾਊ ਦ ਫਰਸਟ ਇੰਟਰਵਿਊ ਵੈਂਟ। ਤੇ ਇਸੇ ਤਰ੍ਹਾਂ ਹੀ ਸੈਕਿੰਡ ਇੰਟਰਵਿਊ, ਜਿਹੜੀ ਫਾਈਨਲ ਇੰਟਰਵਿਊ ਹੁੰਦੀ ਹੈ, ਇਹਦੇ ਵਿੱਚ ਨੈਸ਼ਨਲੀ ਆਲ ਓਵਰ ਇੰਡੀਆ ਅਰਾਊਂਡ 15 ਤੋਂ 16 ਬੱਚੇ ਸਿਲੈਕਟ ਹੁੰਦੇ ਨੇ, ਤੇ ਫਿਰ ਉਹਨਾਂ ਦੀ ਇੰਟਰਵਿਊ ਹੁੰਦੀ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਸੋ ਉਸ ਉਹਦੇ ਵਿੱਚ ਵੀ ਆਈ ਵੁੱਡ ਸੇ ਗੁਰਬਾਣੀ ਪਲੇਡ ਅ ਵੈਰੀ ਕੀ ਰੋਲ। ਮੈਨੂੰ ਕਈ ਇਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਗਏ ਅਬਾਊਟ ਰੋਲ ਆਫ ਸਪਿਰਿਚੁਅਲਿਟੀ ਇਨ ਯੋਰ ਲਾਈਫ ਐਂਡ ਹਾਊ ਸਪਿਰਿਚੁਅਲਿਟੀ ਹੈਲਪਸ ਯੂ। ਤੇ ਆਈ ਥਿੰਕ ਉਸ ਇੰਟਰਵਿਊ ਦੌਰਾਨ ਵਟ ਹੈਲਪ ਮੀ ਵਾਜ਼, ਇੱਕ ਤਾਂ ਜਿਹੜੀ ਅਪਬ੍ਰਿੰਗਿੰਗ ਸੀ, ਯੂ ਨੋ, ਇਨ ਅ you know, in an environment where Gurbani was nourishing at each and every point, plus jadi wide reading kitti hoyi si school time te, bahut sariya books padhiya hoyiyan si, unna cho jehda perspective milya si, that is the second thing that came up in the interview. And teeja, I would say ik jehda bharosa hunda hai, faith hunda hai vaiguru te, that is something that which is often the critical factor. ਕਈ ਵਾਰ ਅਸੀਂ ਅਖੀਰਲੇ ਸਟੇਜ ਤੇ ਪਹੁੰਚ ਜਾਂਦੇ ਹਾਂ, ਸਾਰਾ ਕੁਛ ਠੀਕ ਹੁੰਦਾ, ਫਾਈਨਲ ਐਗਜ਼ਾਮ, ਫਾਈਨਲ ਇੰਟਰਵਿਊ ਦਾ ਜਦੋਂ ਟਾਈਮ ਆਉਂਦਾ ਹੈ, ਤੇ ਕੀ ਹੁੰਦਾ, ਅਸੀਂ ਪੈਨਿਕ ਹੋ ਜਾਂਦੇ ਹਾਂ। ਐਂਡ ਦੈਟ ਇਜ਼ ਆਫਨ ਅ ਕ੍ਰਿਟੀਕਲ ਫੈਕਟਰ ਦੈਟ ਮੇਕਸ ਅ ਹਿਊਜ ਡਿਫਰੈਂਸ। ਆਈ ਥਿੰਕ ਜੇ ਸਾਡਾ ਭਰੋਸਾ ਹੈ ਗੁਰਬਾਣੀ ਵਿੱਚ, ਤੇ ਉਹ ਜਿਹੜਾ ਭਰੋਸਾ ਸਾਨੂੰ ਇੱਕ ਰਿਜ਼ਿਲੀਅੰਸ ਦਿੰਦਾ, ਇੱਕ ਇੱਕ ਸਟਰੈਂਥ ਦਿੰਦਾ, ਇੰਟਰਨਲ ਸਟਰੈਂਥ ਟੂ ਯੂ ਨੋ ਬੈਟਲ ਆਲ ਦ ਲਾਸਟ ਮਿਨਟ ਪੈਨਿਕ। So yeah, I would say those were the three things that helped me during that journey. Ji bilkul peji ji ke isi gal kariye hai na, tusi bolya ki sanu ek kithe padh ke road scholarship bare pata lag gaya, fir college vich gaye utthe gal hoyi. Sometimes it happens ki jive sanu ki isi da pata hi nahi lagda hai na. Te ji main ye janna chahwa ki for the youth hai na, jada sada qaum da youth hega va, ਜਿਨ੍ਹਾਂ ਨੂੰ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਇਹਨਾਂ ਚੀਜ਼ਾਂ ਬਾਰੇ,
सो व्हाट आर द सोर्सेज या फिर व्हाट डू यू एडवाइस कि सानू अप टू डेट रहने वास्ते इन चीजा वास्ते कि वे अपने आप नु मैनेज करना चाहिए और व्हाट आर द सोर्सेज जिन्हां नु असी हर वेली अपने नाल जोड़े रखिए जिदे करके सानू इन चीजा बारे पता लगे। श्योर, आई थिंक देखो इंटरनेट इज़ अ ग्रेट लेवलर। असी जिथे मर्जी जी बैठे हाँ साढ़े कोल एक्सेस हैगा टू दिस ग्रेट रेजरवॉयर ऑफ इनफॉरमेशन। बट द पॉइंट इज जी सानू कई बार सर्च नहीं करना आंदा हुंदा है। साढ़े मन विच है कि सानू पता लगे स्कॉलरशिप बारे, बट समहाउ असी उत्थे तक पहुंच नहीं पाते। सो वो एक इनफॉरमेशन गैप रह जाता है ते एक्सेस नहीं हो पाता। सो सब तो पहले आई वुड से न्यूज़पेपर जरूर पढ़ो, बुक्स वध तो वध बुक्स पढ़ो। बुक्स भी किस तरह दियां पढ़ो, बुक्स तो तुहानू बहुत ज्यादा ज्ञान मिलता है, तुहानू पता लगता है बियॉन्ड व्हाट्स हैपनिंग इन योर लाइफ, किसी होर दी लाइफ विच की हो रहा है, किसी होर दी जर्नी की सी। सो बुक्स बारे में जी शेयर करांगी टू स्टार्ट विद। असी हमेशा बच्चे देखते हैं कि स्टूडेंट्स ऑफन लव रीडिंग्स फिक्शन स्टोरीज। फिक्शन सानू बड़ा एंगेज करती है ना, असी ये कहानियां पढ़ के सानू इट्स अ फॉर्म ऑफ एंटरटेनमेंट एंड दैट्स हाउ वी गेट ड्रॉन टू रीडिंग, है ना। बट आई थिंक की होंगे है कई बार असं उत्थे ही सीमित रह जाने हैं। सो जे बुक्स पढ़निया शुरू कीतियां, वी जस्ट स्टॉप एट फिक्शन, फिक्शन होर पढ़ी गए, नावल पढ़ी गए। बट अल्टीमेटली की होंगे है उदे ऑफकोर्स असं बड़ा कुछ सीखते हैं उदे विचों, बट आफ्टर अ लेवल तुसी एक सैचुरेशन पॉइंट ते पहुंच जाते हो। ते आई वुड से यूथ नू मेरा मैसेज होएगा कि तुसी जरूर प्रोग्रेस करो। इफ यू स्टार्टेड विद फिक्शन, स्टार्ट रीडिंग नॉन फिक्शन। नॉन फिक्शन का मतलब है ऑटोबायोग्राफीज, पर्सनल एसेज, होर परस्पेक्टिव्स लोगों ने जेडे हर रोज। आई थिंक जो अखबार आती है थोड़ी वीकली सप्लीमेंट, उदे देखो इस वीक दिया टॉप रीड्स केड़िया ने, वर्ल्ड विच केड़िया बुक्स टॉप ते ने नॉन फिक्शन विच, ते उन्होंने विचों एटलीस्ट एक दो जरूर शुरू करो। देखो अजकल की चल रहा है, दैट्स हाउ तुसी यू कैन कीप योर सेल्फ एट पार विद अदर्स। सो जी या इन्फॉर्मेशन वास्ते जरूर तुसी न्यूज़पेपर पढ़ो, बुक्स पढ़ो, प्लस इंटरनेट दे उत्ते इंटेलिजेंटली सर्च करन दा ढंग लभो। सो तुसी सिर्फ जे तुहाड़े माइंड में कुछ भी है कि मैं इस तरह का क्वेश्चन सर्च करना चाहती हाँ, इस तरह का कॉम्पिटिशन मैं चाहती हाँ मैं पता लगे, तां अलग अलग कीवर्ड्स ट्राई करो गूगल ते जाके। प्लस एक होर टिप दैट आईड लाइक टू शेयर इज दैट ऑफ गूगल अलर्ट। गूगल अलर्ट आई एम नॉट श्योर बड़े लोग यूज करते हैं कि नहीं, बट दिस इज समथिंग मैनू 10th क्लास पता लग्या सी एंड देन आई स्टार्टेड यूजिंग इट। सो व्हाट इट डज इज इंस्टेड कि तुसी बार बार जाके गूगल ते वही चीज सर्च कर रहे हो, इट विल डू दैट जॉब फॉर यू, इट्स लाइक एन असिस्टेंट। सो तुसी बैक देन मैनू बड़ा शौक चढ़िया सी कि मैं कोई ऐसे कॉम्पिटिशन विच भाग लवा, ते मैं उत्थे गूगल अलर्ट लगा दिता, इंटरनेशनल ऐसे कॉम्पिटिशन फॉर हाई स्कूल स्टूडेंट्स। एंड सो हर हफ्ते मेरे इनबॉक्स विच एक ना एक अलर्ट आ जाता सी कि अजकल की हो रहा है। जी सो दैट्स जस्ट एन इंटेलिजेंट वे टू सर्च। एंड या जस्ट टू कीप द लॉन्ग स्टोरी शॉर्ट, सो जेड़ा मैं गूगल अलर्ट उदों लाया सी, आई हैपन टू चांस अपॉन अ कॉम्पिटिशन जेड़ी जेड़ा कि इंटरनेशनली स्टूडेंट्स वास्ते कराया जा रहा सी, ते उदो भी मैं भी एंट्री भेज दी। मैं सोचा कोई गल नहीं, भेज के देखते हैं की होंगे है। एंड टू माई सरप्राइज आई वॉज वन ऑफ द विनर्स एंड देन आई वॉज इन्वाइटेड वाह टू द यूनिवर्सिटी ऑफ हवाई टू प्रेजेंट दिस एसे एज अ 10th ग्रेडर। इट वॉज अ ग्रेट एक्सपीरियंस, मतलब इट वॉज एन आई ओपनिंग एक्सपीरियंस। द फर्स्ट टाइम आईड बीन ऑन अ प्लेन, द फर्स्ट टाइम आईड स्टेप्ड आउट ऑफ द कंट्री, मतलब इन्नी जी सारिया अपॉर्चुनिटीज इंटरनेट तो अड़े से खोल सकता है। सो द ओनली थिंग इज तुसी अप्लाई करो, ट्राई करो, जरूर जाके एडवेंचर सीक आउट करो, तुसी की करना चाहते हो, हैव सम सेंस ऑफ से कितने जाना चाहते हो, तुहाड़ा गोल की है, एंड देन ट्राई टू इंटेलिजेंटली मूव टूवर्ड्स दैट गोल। ऑफकोर्स गुरु साहब के उत्ते भरोसा रखो एंड देन ट्राई बींग एडवेंचरस इन योर जर्नी। दिस इज वॉट आई वुड से। जी जी भैन जी जी मैं आप जी ने पूछा लाइक असि सुन रहे थे आप जी बारे पढ़ रहे थे ते वी गॉट टू नो कि इट वाज द थर्ड ग्रेड जो महाराज जी आप जी चढ़नी लगे है ना और तद तो लेके महाराज आप जी तो सहज पाठ की सेवा ले रहे ने सो हाउ वाज द सिक्खी रोल इन योर जर्नी
ਹਨਾ ਅਸੀਂ ਸਾਰਿਆਂ ਨੇ ਸੁਣਿਆ ਕਿ ਤੁਸੀਂ ਬੜੇ ਪੜ੍ਹਦੇ ਹੈ ਨਾ, ਵੀ ਮਸਟ ਸੇ ਕਿ ਤੁਸੀਂ ਮੈਂਟਲੀ ਇੰਟੈਲੀਜੈਂਟ ਹੋਵੋਗੇ, ਸਟੱਡੀਜ਼ 'ਚ ਬੜੇ ਗੁੱਡ ਗ੍ਰੇਡਸ ਹੋਣਗੇ, ਬੜਾ ਜ਼ਿਆਦਾ ਟਾਈਮ ਸਪੈਂਡ ਸਟੱਡੀ ਨੂੰ ਦਿੰਦੇ ਹੋਵੋਗੇ, ਹੈ ਨਾ। ਤੋ ਹਾਊ ਵਾਸ ਸਿੱਖੀ ਇਨਟੂ ਇਟ, ਸਿੱਖੀ ਦੀ ਜਰਨੀ ਕਿਵੇਂ ਚੱਲੀ ਦੇ ਨਾਲ? think sikhi was part and parcel of it. Sikhi was a fundamental thing in the journey. Guru Sahib di bakhshish naal mere parents ne mainu third grade vich charni lagaya te odo to main sahaj paath karna shuru kita te main sachi dassa odo mainu samajh nahi aandi si, but I would do reading par us reading naal hi mainu bada kuch I think tusi bada kuch sikhde ho. So by the time I started doing my second or third sahaj paath jadon main teenage years with see school with see they I started understanding holi holi shabdarth I moved on from sanchi to shabdarth jide vich arth vi likhe hunde ne and then I started understanding ke ki guru sahib ki keh rahe ne te I think ek holi holi habit ban gayi doing daily sahaj paath and doing this daily reflection and introspection din vich jo bhi hoya try to evaluate that in the light of what guru sahib is saying I think oh jehda role hai na tuhanda nitname da and tuhade daily sahaj paath da it's pretty much fundamental to your academic journey and to your you know journey of personal growth te yeah besides that I think kirtan da bada role reha hai main bachpan vich 31 ragaan di training layi gurbani classical music ਸਿੱਖਿਆ ਤੇ ਆਲਦੋ ਮੈਂ ਉਹਨੂੰ ਉਸ ਤਰ੍ਹਾਂ ਫੋਲੋ ਨਹੀਂ ਕਰ ਪਾਈ ਡਿਊਰਿੰਗ ਹਾਈ ਸਕੂਲ ਪਰ ਜਦੋਂ ਮੈਂ ਕਾਲਜ ਗਈ ਤਾਂ ਮੈਂ ਦੇਖਿਆ ਕਿ ਮੇਰੇ ਕੋਲ ਬੜਾ ਟਾਈਮ ਹੁੰਦਾ ਹੈ ਫ੍ਰੀ ਟਾਈਮ ਹੁੰਦਾ ਹੈ ਤੇ ਮੈਂ ਕੀ ਕਰਾਂ ਐਂਡ ਤੇ ਮੈਂ ਪਾਪਾ ਨੂੰ ਕਿਹਾ ਮੈਨੂੰ ਹਾਰਮੋਨੀਅਮ ਲਿਆ ਕੇ ਦਿਓ ਸੋ ਐਂਡ ਆਈ ਮੇਡ ਸ਼ੋਰ ਕਿ ਮੈਂ ਹੋਸਟਲ ਵਿੱਚ ਹਾਰਮੋਨੀਅਮ ਆਈ ਵੁੱਡ ਪਲੇ ਐਂਡ ਆਈ ਵੁੱਡ ਐਕਸਪਲੋਰ ਨਿਊ ਰਾਗਸ ਇਸੇ ਤਰ੍ਹਾਂ ਜਦੋਂ ਮੈਂ ਆਕਸਫੋਰਡ ਗਈ ਮੈਂ ਉਦੋਂ ਹਾਰਮੋਨੀਅਮ ਨਾਲ ਲੈ ਕੇ ਗਈ ਬਿਕੋਜ਼ ਇਵੈਂਚੁਅਲੀ ਆਈ ਫੈਲਟ ਕਿ ਇਹ ਤਾਂ ਮੇਰਾ ਕੰਪੈਨੀਅਨ ਹੈ this is something harmonium te jehda kirtan hai thoda support system ban janda hai you're able to express your emotions in a way that that is not possible in any other way so aur raag de through ek alag hi connect tuhanu milda hai I think ek khazana hai treasure hai that jehda ke guru sahib ne sanu ditta hai te we must value it te nu zarur assi ਆਪਣੀ ਡੇਲੀ ਲਾਈਫ ਵਿੱਚ ਵੀ ਸ਼ੁਡ ਇਹਨੂੰ ਇੰਟੀਗ੍ਰੇਟ ਕਰੀਏ ਆਪਣੀ ਡੇਲੀ ਲਾਈਫ ਵਿੱਚ ਜੀ ਭੈਣ ਜੀ ਆਪਾਂ ਜੇਕਰ ਪੰਥਕ ਲੈਵਲ ਤੇ ਗੱਲ ਕਰੀਏ ਹਨਾ ਅਸੀਂ ਗੁਰੂ ਮਹਾਰਾਜ ਦੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਮਹਾਰਾਜ ਦੇ ਦਰਬਾਰ ਦੇ ਵਿੱਚ ਵੱਡੇ ਤੋਂ ਵੱਡੇ ਵਿਦਵਾਨ ਵੱਡੇ ਤੋਂ ਵੱਡੇ ਕਵੀ ਮਹਾਰਾਜ ਜੀ ਉਸਤਤ ਵਿੱਚ ਹਰ ਸਮੇਂ ਰਹਿੰਦੇ ਸੀ ਹਨਾ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਅਲੱਗ ਅਲੱਗ ਭਾਸ਼ਾਵਾਂ ਦੀ ਸੰਥਿਆ ਦਿੰਦੇ ਸੀਗੇ ਹਨਾ ਉਸ ਚੀਜ਼ ਤੋਂ ਲੈ ਕੇ ਜੇਕਰ ਅਸੀਂ ਅੱਜ ਦੇ ਦੌਰ ਦੇ ਵਿੱਚ ਆਈਏ ਪੰਜਾਬ ਦੇ ਵੱਲ ਦੇਖੀਏ ਜੇਕਰ ਨੌਜਵਾਨੀ ਸਿੱਖੀ ਨੌਜਵਾਨੀ ਵੱਲ ਦੇਖੀਏ ਤੇ ਅੱਜ ਨੂੰ ਕੀ ਲੱਗਦਾ ਹੈ ਕਿ ਜੋ ਰੋਲ ਸੀਗਾ ਐਜੂਕੇਸ਼ਨ ਦਾ ਗੁਰੂ ਸਾਹਿਬ ਨੇ ਸਾਡੇ ਜੀਵਨ ਵਿੱਚ ਸਾਨੂੰ ਦਿੱਤਾ ਸੀਗਾ ਸੋ ਵੇਅਰ ਡੂ ਵੀ ਸਟੈਂਡ ਟੂਡੇ ਤੇ ਉਹ ਜਿਹੜੀ ਚੇਂਜ ਆਈ ਹੈ ਉਹ ਜਿਹੜਾ ਡਿਫਰੈਂਸ ਆਇਆ ਹੈ ਗੁਰੂ ਸਾਹਿਬ ਦੇ ਸਮੇਂ ਤੋਂ ਹੁਣ ਤੱਕ ਉਹਦਾ ਉਹਦਾ ਕੀ ਸੋਲ ਰੀਜ਼ਨ ਹੈ ਜੋ ਆਪ ਜੀ ਸਾਨੂੰ ਸਮਝਾਉਣਾ ਚਾਹੋ ਮਤਲਬ ਕੀ ਉਹ ਸੋਲ ਰੀਜ਼ਨ ਹੈਗਾ ਜਿਹਦੇ ਕਰਕੇ ਅਸੀਂ ਉਸ ਚੀਜ਼ ਦੇ ਐਸੈਂਸ ਨੂੰ ਅੱਜ ਨਹੀਂ ਲੈ ਕੇ ਆ ਪਾ ਰਹੇ ਬਹੁਤ ਸੋਹਣਾ ਕੁਐਸਚਨ ਹੈ ਆਈ ਥਿੰਕ ਬਿਲਕੁਲ ਠੀਕ ਕਿਹਾ ਤੁਸੀਂ ਕਿ ਅਸੀਂ ਆਪਣੇ ਐਸੈਂਸ ਤੋਂ ਦੂਰ ਹੋ ਰਹੇ ਹਾਂ ਯੂਥ ਆਰ ਗੋਇੰਗ ਐਸਟ੍ਰੇ ਤੇ ਅਸੀਂ ਆਪਣਾ ਗੋਲ ਨਹੀਂ ਸਾਹਮਣੇ ਰੱਖ ਰਹੇ ਐਂਡ ਦੀ ਐਂਡ ਰਿਜ਼ਲਟ ਭਾਵੇਂ ਥੋੜੀ ਦੇਰ ਵਾਸਤੇ ਯੂਥ ਨੂੰ ਲੱਗਦਾ ਹੈ ਕਿ ਦਿਸ ਇਜ਼ ਇਹਦੇ ਵਿੱਚੋਂ ਪਲੇਜ਼ਰ ਮਿਲ ਰਿਹਾ ਬਟ ਇਨ ਦਾ ਲੌਂਗ ਰਨ ਦੇ ਐਂਡਿੰਗ ਅਪ ਵਿਦ ਰਿਗਰੈਟ ਪਛਤਾਵਾ ਹੋ ਰਿਹਾ ਕਿ ਕਿਉਂ ਮੈਂ ਇਸ ਤਰ੍ਹਾਂ ਕੀਤਾ ਮੈਂ ਪਹਿਲੇ ਕੋਈ ਪ੍ਰੋਐਕਟਿਵਲੀ ਕਿਉਂ ਕੋਈ ਕਦਮ ਨਹੀਂ ਲਿਆ ਤੇ ਆਈ ਥਿੰਕ ਇਹਦਾ ਜਿਹੜਾ ਆਫਕੋਰਸ ਤੁਹਾਡੀ ਅਪਬ੍ਰਿੰਗਿੰਗ ਬੜੀ ਮੈਟਰ ਕਰਦੀ ਹੈ ਤੇ ਪਲੱਸ ਆਈ ਥਿੰਕ ਜੇ ਤੁਸੀਂ ਬਚਪਨ ਤੋਂ ਨਿਤਨੇਮ ਦੇ ਨਾਲ ਕਨੈਕਟਡ ਨਹੀਂ ਰਹਿੰਦੇ ਆਪਣੀ ਰੂਟਸ ਦੇ ਨਾਲ ਕਨੈਕਟਡ ਨਹੀਂ ਰਹਿੰਦੇ ਗੁਰੂ ਸਾਹਿਬਾਨ ਨਾਲ ਮੀਨਿੰਗਫੁਲੀ ਕਨੈਕਟਡ ਨਹੀਂ ਰਹਿੰਦੇ ਤੇ ਅੱਜ ਦੀ ਲਾਈਫ ਵਿੱਚ ਬਹੁਤ ਜ਼ਿਆਦਾ ਡਿਸਟਰੈਕਸ਼ਨਸ ਨੇ 100 ਡਿਸਟਰੈਕਸ਼ਨ ਨੇ ਜਿਹੜੀ ਤੁਹਾਨੂੰ ਆਪਣੇ ਆਪਣੇ ਤਰਫ ਪੁੱਲ ਕਰ ਰਹੀਆਂ ਨੇ ਤੇ ਇਟ ਇਜ਼ ਈਵਨ ਹਾਰਡਰ ਟੂ ਰਿਮੇਨ ਸਟੇਬਲ ਐਂਡ ਫੋਕਸਡ ਔਨ ਯੋਰ ਗੋਲਸ ਸੋ ਅੱਜ ਦੀ ਲਾਈਫ ਵਿੱਚ ਹੋਰ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਨਿਤਨੇਮ ਨਾਲ ਸਹਿਜ ਪਾਠ ਨਾਲ ਕਨੈਕਟਡ ਰਹੀਏ ਤੇ ਇਹ ਵੀ ਬੜਾ ਜ਼ਰੂਰੀ ਹੈ ਕਿ ਯੂਥ ਨੂੰ ਹੁੰਦਾ ਹੈ ਕਿ ਅਸੀਂ ਲੈਟ ਅਸ ਮੈਲਟ ਇਨ ਦਾ ਕਰਾਊਡ ਹਰ ਕੋਈ ਇਸ ਤਰ੍ਹਾਂ ਦਿਖ ਰਿਹਾ ਮੈਂ ਵੀ ਇਸ ਤਰ੍ਹਾਂ ਦਾ ਦਿਖਾਂ ਸਾਰੇ ਜਣੇ ਇਹ ਪਲੇਟਫਾਰਮਸ ਯੂਜ਼ ਕਰ ਰਹੇ ਨੇ ਮੈਂ ਵੀ ਯੂਜ਼ ਕਰਾਂ
सो एक हर्ड मेंटेलिटी होंगी बच्चों के मन में कि मैं भी बाकिया वांग जिमें बाकी कर रहे ने मैं भी करा, बट जी इन द यू नो इन द प्रोसेस ऑफ इट की होंगे है, तुसी यू लूज योर आइडेंटिटी, तुसी हौली 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 अपने सोर्स तो दूर हो जाते हो, ते थोड़ी देर बाद तुसी ये भी नहीं आइडेंटिफाई कर सकते कि मैं कौन हाँ, एंड उदो दैट जी इज वैन यू आर स्टक विद अ क्राइसिस, आइडेंटिटी क्राइसिस, फिर तुहानू समझ नहीं आती कितने जावा। अज दे युग में असं देखते हैं किन्ने लोग मेंटल हेल्थ क्राइसिस दे विच हन, जी बिकॉज बिकॉज उन्हां दी लाइफ विच सपोर्ट सिस्टम नहीं है, लाइफ इस तरह डावाडोल हो गई है, दे डोंट नो कि कितने जाइए किस कोल जाइए। सो आई थिंक जे असं गुरु साहब ना कनेक्टेड रहिए ते देन वी ऑलवेज हैव दिस परपेचुअल सपोर्ट सिस्टम विद अस, जो मर्जी असं अजकल मोबाइल से भी सहज पाठ कर सकते हाँ, सी इन्ना जो विजडम है खजाना है वह लाभ लै सकते हैं। सो आई थिंक ये जी जो एबसेंस ऑफ सपोर्ट सिस्टम है एक प्राइमरी रीजन है कि यूथ आर गोइंग अस्ट्रे। जी जिक्र जिम्मे आप जी गल किया ना, साड़ी बहुत आइडेंटिटी इश्यूज आन लग गए, क्योंकि असी सारी साड़ी मन में ना वो चीज आ गई है कि वाई टू स्टैंड आउट, मैं मिक्स क्यों नहीं होना, मैं सारे वर्गा क्यों नहीं दिखना। उस चीज दे नु लेके ना साडे अंदर जो एक कॉम्पिटिटिव फीलिंग सीगी है ना, सिख ने हमेशा चढ़ती कला विच रहना, सिख ने हमेशा वड्डे तो वड्डे औहदियां विच रहना, कौम वास्ते कुछ करना, वड्डे औहदियां ते रह के पंथ दी सेवा करनी, जिथे उते ह्यूमैनिटी दी सेवा भी करनी है ना, सब वास्ते इक्वल राज स्थापित करना, सच दा राज स्थापित करना। असि उस चीज तो भी बहुत दूर टुटते आ रहे हैं ना। जिवें आप जी असि हुणे रीजंस दी गल कीती, जिवें आप जी नु पुछया ते व्हाट आर द थिंग्स की आज एज अ यूथ मेरे को, क्योंकि पावर है मेरे को, क्योंकि समा है मेरे को, क्योंकि गुरु साहब जी दिते हजे श्वास हन, है ना, कि मैं की उस कदम नु चुका, मैं केड़े राह दे चला जिथे जाके मैं ह्यूमैनिटी दी, कौम दी, पंथ दी, उस एजुकेशन दे बेसिस ते मैं सेवा कर पावा। वाह जी, बहुत ही प्यारा क्वेश्चन है। आई थिंक जे असी किसी की सेवा करनी होवे ओदे वास्ते प्री रेक्विजिट है कि असी पहले आप स्ट्रोंग होइए, साड़ी जे वेरी पर्सनल गुड ग्रोथ होएगी, साड़ा अपना करैक्टर स्ट्रोंग होएगा, असी आप अडोल होवांगे ताई असी किसी होर दी मदद कर सकांगे। जी ते जेड़ा आइडेंटिटी क्राइसिस है, आई वुड से कि ऑफ कोर्स हर एक दी लाइफ विच, हर बच्चे दी लाइफ विच ए फेज आंदा है जदों यू फील के मैं बाकियां वांगी लगा, बाकियां विच ही मिल जावा। बट जे तुसी क्लोजली सिख हिस्ट्री नू पढ़ो, सिख इतिहास नू पढ़ो, ती देखते हैं कि आइडेंटिटी का किन्ना वड्डा रोल है। इनफैक्ट जदों मैं कॉलेज विच सी, सेंट स्टीफन कॉलेज विच, दैट वॉज द फर्स्ट टाइम मैं जदों लुधियाने तो बाहर एक मल्टीकल्चरल एनवायरमेंट विच पढ़न लगी, एंड आई हैड फ्रेंड्स जी फ्रॉम ऑल ओवर इंडिया, आउटसाइड इंडिया। सो मैं देखिया हर बंदा अपने कल्चर विच बड़ा खुश है, जेडे साउथ दे लोक ने वो अपना ड्रेस जेड़ा पहरावा पा के आ रहे ने, कोई चप्पला पा के आ रहे क्लास विच बिकॉज इट्स नॉर्मल फॉर देम, है ना। सो हर जी बंदा अपनी आइडेंटिटी नू अलग तरह नाल एक्सप्रेस कर रहा है, ते फिर फिर मन विच ख्याल आया फिर मैं क्यों ना करा, क्यों मेरे विच क्यों ये अर्ज होवे कि मैं बाकियां वांग लगा। सो दैट इज व्हेन आई डिसाइडेड के सानू अमृत छकना चाहिए है, गुरु साहब की बख्शिश हुई ते मैं थर्ड ईयर दे विच, थर्ड ईयर तो बाद अमृत छकिया ते दस्तार सजाई, ते आई मीन राइट द लेवल ऑफ द काइंड ऑफ कॉन्फिडेंस दैट दस्तार गिव्स यू, इट्स अनकंपेरेबल। आई एम श्योर भैन जी तुसी भी दस सकदे हो, यू विल हैव सो मेनी एक्सपीरियंसेस, जदों तुसी दस्तार सजा लैंदे हो यू फील यू हैव गुरुज हैंड ऑन योर हैड ऑलवेज, एज इफ गुरु साहब तुहाडे नाल, गुरु साहब हैगे ने तुहाडे नाल, ब्लेसिंग हैगी है, प्लस तुहाडी एक पक्की पहचान भी बन जाती है, एंड एंड पीपल रियली वैल्यू यू फॉर हु यू आर जस्ट बिकॉज के तुसी अपनी आइडेंटिटी नाल कनेक्टेड हो। सो आई थिंक जी मैं यू आई वुड से के यूथ नू यही कहना चाहवांगी कि अपनी आइडेंटिटी नाल कनेक्ट होवो ते तुहाडी रिस्पेक्ट घटेगी नहीं वधेगी उल्टा, एंड यू विल रियलाइज दैट यू विल ग्रो इन मेनी न्यू वेज वंस यू डिसाइड टू अडॉन गुरुज आइडेंटिटी। जी जी मैं आप जी दस्या है ना, कॉलेज तो थर्ड ईयर तो बाद आप जी दस्तार सजाई,
देन इट मेंट टू, अब जी ऑक्सफर्ड गए है ना, ते जी मैं एक चीज जानना चाहवा, आई एम रियली वेरी श्योर कि सानू सारे नु ये चीज फेस करनी पैंदी है, ऑक्सफर्ड जाके दस्तार नु लेके हाउ वाज द रिएक्शन, क्योंकि उना वास्ते ये चीज इज नॉट वेरी कॉमन है ना, एक कुड़ी दे होके थोड़े सिर ते दस्तार है, सो वाज देयर एनी चैलेंजेस जिहड़े अज नु फेस करने पए कॉलेज दे विच, या फिर नॉर्मल उत्थे लोका दे नाल विचरदे आ, या फिर उत्थे सोसाइटी दे विच? आई वुड से चैलेंज तो कोई नहीं सी, बट आई ऑलवेज फेल्ट मोर वेलकम्ड। लोकी मैनू दूरों ही पछाड़ लेंदे सी। जिवें नवे असी जदों रोड स्कॉलर उत्थे पहुंचे रोड हाउस इच, देवर 80 न्यू इनकमिंग स्कॉलर। सो हुण 80 बंदे नवे आए ने उस कम्युनिटी दे विच। ते ऑल्दो जिवें शुरू ते इंट्रोडक्शन हुई है ना, तुसी किन्नियां नाल हाथ मिलांदे हो एंड देन यू फॉरगेट देयर नेम्स। पर मैं देखती सी, मैं कदे भी कितने भी जा रही हूँ, मैंने दूर हो हेलो जल्दी कह के कोई बुला रहा है, बिकॉज थोड़ी आइडेंटिटी अलग है, सो लोगों ने थोड़ा नाम ज्यादा देर तक याद होंगे। दैट्स वन। जी ते दूसरी गल मैं कहूंगी, ऑक्सफर्ड जाके मैं ये भी देखा, इनफैक्ट हूँ भी असं न्यूयॉर्क च रह रहे हैं, ये मल्टीकल्चरल सोसाइटी है, हर तरह के लोग ने, हर रंग के लोग ने, हर कल्चर के लोग ने। हर बंदा अपने कल्चर नू रेप्रेजेंट कर रहा है किसी ना किसी तरह। किसी दे वाल बड़े घुंघराले ने, कोई काला है, कोई गोरा है, कोई लटीनो है। सो हर बंदा ही अलग है। आई थिंक ये जेड़ा मेन टेकअवे है ना, एवरीवन इज डिफरेंट, एवरीवन इज यूनिक। उल्टा जदों तुसी दस्तार सजांदे हो तो तुसी अपनी यूनिकनेस प्रगट करदे हो, यू आर एक्सप्रेसिंग योर सेल्फ इन अ यूनिक वे। सो तुहाडी होर रिस्पेक्ट हुंदी है। ते एक होर गल मैं शेयर करना चाहनी हाँ, आई थिंक थ्रू आउट माई एकेडमिक जर्नी आई हैव नोटिस कि जो भी कॉलेज विच यूनिवर्सिटी च कह लो क्लास फोटोग्राफ या बैच फोटोग्राफ हुंदी है, ते ऑलवेज इट इज ऑलवेज द केस कि मैनू कहा जाता है कि तुसी पहली लाइन च आके बैठो। क्यों? क्योंकि बिकॉज अजकल हर जगह, हर यूनिवर्सिटी नु भी है, ते हर वर्ल्ड विच एवरीवेयर पीपल वैल्यू डायवर्सिटी, सो दे वांट टू पोर्ट्रे देयर डायवर्सिटी। सो मैनू लगता है उल्टा हैविंग अ दस्तार एड्स टू द डायवर्सिटी ऑफ कोर्स, ते ओ जिहड़ी तुहाडी आइडेंटिटी ओ तुहानू पर्सनल लेवल ते बिल्कुल ओ बहुत ज्यादा सपोर्ट करदी है। जी बिल्कुल, जेकर असी एजुकेशन सिस्टम दी गल करिए, कई बार इट हैपेंस कि साडे इत्थे एजुकेशन सिस्टम दे विच बहुत डिफरेंट चीज हैगी, बहुत डिफरेंट कॉन्सेप्ट्स हैगे ने। आप जी जो ऑक्सफोर्ड गए है ना, ते क्योंकि दुनिया दा बहुत वड्डा कॉलेज, ते एवरीवन हैज अ ड्रीम कि सानू उदा दी यूनिवर्सिटी कॉलेजेस विच जाके पढ़न दा मौका मिले है ना। सो उत्थों दे एजुकेशन सिस्टम नू जेकर असी सिक्खी परस्पेक्टिव तो देखिए, ते जदों गुरु साहिब ने जिहड़े स्कूल ऑफ एजुकेशन स्टार्ट कीते, जिहड़ा प्रचार स्टार्ट कीता सीगा है ना, व्हाट वर द सिमिलैरिटीज कि जिथे असी ये चीज देखी कि नहीं, ये चीज तां साडे कोल पहलों तो है, ये गुरु साहिब ने सानू दित्ती सीगी, असी खो दित्ती। सो व्हाट वर द गुड थिंग्स जो असी ऑक्सफर्ड दे एजुकेशन सिस्टम तो लै पा सकते हैं? श्योर। पहली गल तो जिहड़ी जिवें ऑक्सफर्ड विच भी जिहड़ी एजुकेशन शुरू हुई सी, इट स्टार्टेड एज अ रिलीजियस एजुकेशन। तुसी देखोगे हर कॉलेज दे अंदर एक चर्च है। सो और वो जिहड़े एजुकेशन दे रिलीजियस फंडामेंटल्स ने, वो कह लो यूनिवर्सल ने। सो गुरु साहब ने भी उन्हां दे भी सेम कह लो जिहड़े ऑब्जेक्टिव सीगे कि ये ब्लेंड है एकेडेमिक एंड स्पिरिचुअल, दे नॉट डिफरेंट। सो जी एक तो ये आस्पेक्ट है। सेकेंडली मैं कहूंगी, सच में ऑक्सफर्ड विच एक कॉलेज है, उसका नाम है ऑल सोल्स कॉलेज। ते जी उस कॉलेज विच फैसिनेटिंग गल ये है कि कोई स्टूडेंट्स नहीं होंगे। क्यों नहीं होंगे? बिकॉज उस कॉलेज विच सिर्फ फेलोज होंगे ने, सिर्फ रिसर्च होंगी है। ते बड़ा कंपेटिटिव प्रोसेस होंगे टू गेट इन टू दैट कॉलेज। तो वो जो एग्जाम होंगे, जो तुम उस एग्जाम देखो ते यूल बी अमेज टू सी द काइंड ऑफ क्वेश्चन दैट आर आस्ड। सो एक क्वेश्चन मैं तुम एग्जाम्पल दस दी हाँ। क्वेश्चन इज, इफ यू वर टू इनवेंट अ न्यू पंक्चुएशन मार्क, वॉट वुड इट बी? ठीक है, सो मान लो तुम नवा पंक्चुएशन मार्क, हूँ ऑलरेडी सारे को कॉमा है, फुल स्टॉप है, एक्सक्लेमेशन मार्क है, जो कोई नवा इनवेंट करना होंगे की कर दे? लुक एट द लेवल ऑफ क्रिएटिविटी। सो
ये ऑक्सफर्ड एजुकेशन ये बड़ी सेंट्रल पार्ट है कि क्रिएटिविटी फॉस्टर करनी, थिंकिंग आउट ऑफ द बॉक्स. आई थिंक या ये एक एक चीज है जिहड़ी असीं लर्न कर सकते हैं उन्हां दे एजुकेशन सिस्टम चों. बाकी बड़े होर पैरामीटर्स ने जिहड़े कि ओवर टाइम कह लो आउटडेटेड भी हो गए ने, जिवें कि उत्थे हले भी एनुअल सिस्टम फॉलो किया जाता है, वेर एज US विच ते इंडिया विच वी मूव्ड ऑन टू अ सेमेस्टर सिस्टम. सो बाकी चलो कह लो होर जिहड़े आस्पेक्ट्स ने, those are some, you know, some facets about the examination system ya utthe de academic system de jehde ki assi which are evolving over time, par jehde jehda central oda keh lo objective hai, that is to foster creativity. I think jehda that is something that really resonates te assi ainu sikhi naal vi badi achhi tarah relate kar sakde ha. You know, everyday life vich jadon assi connect, everyday when we are trying to connect things inside and outside classroom, te assi सहज पाठ कर रहे हैं, असि रिलेट कर रहे हैं, अज क्लास विच मैनू ए पढ़ाया गया, गुरु साहब भी यही कह रहे ने. आई थिंक वो जेडे कनेक्शंस ने, जस्ट दिस परस्यूट ऑफ मेकिंग दीज कनेक्शंस बिटवीन सीमिंगली डिफरेंट थिंग्स, दैट इज समथिंग दैट फॉस्टर्स क्रिएटिविटी. आई थिंक वो एक चीज है जेडी असि सारे सीख सकते हैं. जी बिल्कुल भैन जी. ਭੈਣ ਜੀ ਜੇ ਅਸੀਂ ਗੱਲ ਕਰੀਏ ਤੇ ਸਾਨੂੰ ਇਹ ਪਤਾ ਲੱਗਿਆ ਕਿ ਆਪ ਜੀ ਮੈਰਿਡ ਹੋ, ਹੈ ਨਾ, ਤੇ ਕਈ ਵਾਰੀ ਸਾਡੇ ਯੂਥ ਦੇ ਵਿੱਚ ਨਾ ਇੱਕ ਬੜੀ ਉਹ ਤੁਸੀਂ ਇਹਨੂੰ ਕਹਿ ਲਓ ਕਿ ਸਾਡੀ ਆਪਣੀ ਚੀਜ਼ ਹੈ ਕਿ ਅਸੀਂ ਕਈ ਵਾਰ ਮਨ ਘੜਤ ਹੁੰਦੀ ਹੈ ਕਿ ਮੈਂ ਨਹੀਂ ਕਰ ਪਾ ਰਿਹਾ ਵਾ. ਕਈ ਵਾਰੀ ਇਟ ਇਜ ਜਨਰਲ ਕਿ ਅਸੀਂ ਨਹੀਂ ਕਰ ਪਾਉਂਦੇ ਹਾਂ, ਬੈਲੈਂਸਿੰਗ ਸਟੱਡੀ, ਘਰ, ਫੈਮਿਲੀ ਐਂਡ ਆਪਣਾ ਸਪਿਰਿਚੁਅਲ ਜੀਵਨ ਐਂਡ ਆਪਣੀ ਅਕੈਡਮਿਕ ਜਰਨੀ ਐਂਡ जे तुसी अपना अमृत वेला संभाल लो ते फिर तुहाडा दिन बहुत वधिया निकलदा है, फिर आपे टाइम मैनेजमेंट हो जांदी है. नो व्हेन यू हैव अमृत वेला, व्हेन यू डू योर नितनेम ऑन टाइम, तुसी सवेरे उठ टाइम ते उठ रहे हो, एवरीथिंग फॉल्स इनटू प्लेस. पर जदों वो अगे पिछे हो जावे, तुसी लेट सुते लेट उठे, फिर सारा बैलेंस बिगड़ जांदा है. सो एक तो हाँ पहली गल, आई थिंक की टू टाइम मैनेजमेंट इज डू योर नितनेम ऑन टाइम एंड मैनेज योर अमृत वेला. ते सैकेंडली मैं कहांगी आई थिंक एक इल्यूजन है या मे बी इन माई एक्सपीरियंस आई फील के उल्टा मैरिज तो बाद तुहाडा काम अद्धा रह जांदा है, बिकॉज तुसी दोवे इकट्ठे कर रहे हो सारे काम. सो इन फैक्ट देयर आर सिनर्जीज, टू इज बैटर दैन वन. सो इनू असी इकोनॉमिक्स कहते हैं इकोनॉमीज ऑफ स्केल, बिकॉज सिनर्जीज हो गए, तुसी दोवे जने वो ही काम कर रहे हो, घर के काम करने ने, सारे काम आप ही करने ने, जिवें असी हुण इत्थे रह रहे हाँ. So once there are synergies, ਤੁਹਾਡਾ ਕੰਮ ਪਹਿਲੀ ਗੱਲ ਅੱਧਾ ਰਹਿ ਜਾਂਦਾ ਹੈ. ਪਲੱਸ ਤੁਹਾਡੇ ਕੋਲ ਸਪੋਰਟ ਸਿਸਟਮ ਹੈ ਨਾਲ, ਤੁਹਾਡੇ ਕੋਲ ਯੂ ਨੋ ਯੋਰ ਸਪਾਊਸ ਇਜ਼ ਬਾਈ ਯੋਰ ਸਾਈਡ, ਤੁਹਾਡੇ ਕੋਲ ਇੱਕ ਫੈਮਿਲੀ ਨਹੀਂ ਦੋ ਫੈਮਿਲੀਜ਼ ਨੇ, ਐਵਰੀ ਵਨ ਇਜ਼ ਟਰਾਇੰਗ ਟੂ ਸਪੋਰਟ ਯੂ. ਆਈ ਥਿੰਕ ਇਹਦੇ ਨਾਲ ਉਲਟਾ ਮੈਂ ਕਈ ਵਾਰ ਸੋਚਦੀ ਹਾਂ, ਆਪਣੀ ਫਰੈਂਡਸ ਨੂੰ ਦੱਸਦੀ ਹੁੰਦੀ ਹਾਂ ਕਿ ਮੈਨੂੰ ਇਨ ਮਾਈ ਐਕਸਪੀਰੀਅੰਸ ਆਈ ਫੀਲ ਇਟ ਵਾਜ਼ ਅ ਬੈਸਟ ਡਿਸੀਜਨ ਟੂ ਸਟਾਰਟ ਅ ਪੀ ਐਚ ਡੀ ਆਫਟਰ ਗੈਟਿੰਗ ਮੈਰਿਡ. ਜਿਵੇਂ ਪਹਿਲੇ ਸ਼ੁਰੂ ਕੀਤੀ ਹੁੰਦੀ, ਆਈ ਡੋਨਟ ਨੋ ਇੰਨਾ ਕੁਛ ਮੈਨੇਜ ਹੋ ਪਾਉਣਾ ਸੀ, ਪਰ ਇਟ ਵਾਜ਼ ਅ ਬੈਸਟ ਡਿਸੀਜਨ ਐਵਰ ਟੂ ਸਟਾਰਟ ਇਟ ਆਫਟਰ ਗੈਟਿੰਗ ਮੈਰਿਡ. ਸੋ ਯਾ ਆਈ ਥਿੰਕ ਟਾਈਮ ਮੈਨੇਜਮੈਂਟ ਬਾਰੇ ਤੁਸੀਂ ਅੰਮ੍ਰਿਤ ਵੇਲਾ ਮੈਨੇਜ ਕਰੋ ਐਂਡ ਥਿੰਗਸ ਫਾਲ ਇਨ ਟੂ ਪਲੇਸ. ਤੇ ਬਾਕੀ ਹੌਲੀ 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 ਸਾਰਾ ਕੁਛ ਯੂ ਨੋ ਹੌਲੀ ਹੌਲੀ ਤੁਸੀਂ ਆਪੇ ਸਿੱਖ ਜਾਂਦੇ ਹੋ. ਸਟ੍ਰਾਈਵ ਫਾਰ ਪ੍ਰੋਗਰੈਸ ਨਾਟ ਪਰਫੈਕਸ਼ਨ. ਸ਼ੁਰੂ ਤੇ ਨਹੀਂ ਪਰਫੈਕਟ ਹੋਏਗਾ, ਸਭ ਕੁਛ ਨਹੀਂ ਮੈਨੇਜ ਹੋ ਰਿਹਾ ਹੋਏਗਾ, ਤੁਹਾਨੂੰ ਲੱਗੇਗਾ ਹਾਲੇ ਮੈਨੂੰ ਫੋਰ ਐਗਜ਼ਾਮਪਲ ਹਾਲੇ ਮੈਨੂੰ ਕੁਕਿੰਗ ਨਹੀਂ ਆਉਂਦੀ ਸੀ, ਅਸੀਂ ਇੱਥੇ ਬੜਾ ਕੁਛ ਆ ਕੇ ਨਵਾਂ ਸਿੱਖਿਆ, ਸਭ ਕੁਛ ਆਪਣੇ ਆਪ ਕਰਨਾ ਸਿੱਖਿਆ ਹੈ. ਬਟ ਹੌਲੀ 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 ਆਪਣੇ ਆਪ ਤੁਸੀਂ ਪ੍ਰੋਗਰੈਸ ਕਰਦੇ ਹੋ ਤੇ ਪਰਫੈਕਸ਼ਨ ਵੀ ਆ ਜਾਂਦੀ ਹੈ. ਪਰ ਡੇ ਵਨ ਤੋਂ ਐਕਸਪੈਕਟ ਕਰੀਏ ਨਹੀਂ ਸਭ ਕੁਛ ਪਰਫੈਕਟ ਹੋਵੇ, ਉਹ ਨਹੀਂ ਹੋਏਗਾ. ਬਟ ਕਰਦੇ ਰਹੋ ਐਂਡ ਇਟ ਵਿਲ ਕਮ, ਇਟ ਵਿਲ ਫਾਲ ਇਨ ਪਲੇਸ. ਜੀ ਬਿਲਕੁਲ ਪਿੰਡ, ਜਿਵੇਂ ਆਪ ਜੀ ਕਿਹਾ ਕਿ ਜਿਵੇਂ ਆਪ ਜੀ ਮੈਰਿਜ ਤੋਂ ਬਾਅਦ ਪੀ ਐਚ ਡੀ ਰਿਸਰਚ ਸਟਾਰਟ ਕੀਤੀ, ਹੈ ਨਾ, ਤੇ ਜੇਕਰ ਮੈਂ ਇਸ ਰਿਸਰਚ ਵਾਲੀ ਚੀਜ਼ ਨੂੰ ਗੱਲ ਕਰਾਂ ਤੇ ਕਈ ਵਾਰੀ ਮੇਰੇ ਖੁਦ ਦੇ ਮਨ ਵਿੱਚ ਇਹ ਚੀਜ਼ ਆਉਂਦੀ ਹੈ ਕਿ
ਸਿੱਖ ਕੌਮ ਦੇ ਵਿੱਚ ਸਾਡੇ ਕੋਲ ਜੇ ਅਸੀਂ ਔਨ ਪੰਥਿਕ ਨੋਟ ਗੱਲ ਕਰੀਏ, ਸਾਡੇ ਕੋਲ ਉਹ ਜਿਹੜਾ ਰਿਸਰਚਰਸ ਵਾਲਾ ਜਿਹੜਾ ਪੱਖ ਸੀਗਾ ਕਿ ਹਰ ਚੀਜ਼ ਨੂੰ ਖੋਜਣ ਵਾਸਤੇ, ਇਟ ਵਾਜ਼ ਨੋਟ ਜਸਟ ਕਿ ਅਸੀਂ ਬਚਪਨ 'ਚ ਪੈਦਾ ਹੋਏ, ਸਕੂਲਿੰਗ ਕੀਤੀ, ਕਾਲਜ ਕੀਤਾ, ਦੈਨ ਮੈਰਿਜ ਹੋ ਗਈ ਤੋਂ ਅਸੀਂ ਘਰ ਸੰਭਾਲਿਆ, ਐਂਡ ਉਹ ਇੱਕ ਨਾ ਛੋਟਾ ਸਰਕਲ ਬਣ ਕੇ ਰਹਿ ਗਿਆ, ਅਸੀਂ ਉਸ ਚੀਜ਼ ਦੇ ਵਿੱਚ ਘੁੰਮਦੇ ਰਹੇ ਨਾ। ਉਹ ਵਾਲੀ ਚੀਜ਼ ਜਿਹੜੀ ਰਿਸਰਚ ਵਾਲਾ ਪ੍ਰੋਗਰੈਸ ਸੀਗਾ ਕਿ ਕੌਮ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਣੀ, ਨਾਟ ਈਵਨ ਜਸਟ ਸਪਿਰਿਚੁਅਲ ਬੇਸਿਸ ਤੇ, ਇਕਨੋਮਿਕ ਬੇਸਿਸ ਤੇ, ਸੋਸ਼ਲ ਬੇਸਿਸ ਤੇ, ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡੇ ਕੋਲ ਰਿਸਰਚ ਦੀ ਬਹੁਤ ਕਮੀ ਆ ਗਈ ਅੱਜ ਕੱਲ੍ਹ, ਹੈ ਨਾ। ਸੋ ਔਨ ਵਟ ਨੋਟ ਯੂ ਸੇ ਕਿ ਮਤਲਬ ਆਪਾਂ ਨੂੰ ਰਿਸਰਚ ਦੀ ਕੀ ਲੋੜ ਹੈ, ਔਰ ਵਾਈ ਇਜ਼ ਆ ਯੂਥ ਨਾਟ ਗੈਟਿੰਗ ਇਨਟੂ ਇਟ? ਗ੍ਰੇਟ, ਬਹੁਤ ਬਹੁਤ ਹੀ ਅੱਛਾ ਕੁਐਸਚਨ ਹੈ ਤੇ ਬੜਾ ਸੋਹਣਾ ਪਰਸਪੈਕਟਿਵ ਹੈ। ਰਿਸਰਚ ਬੇਸਿਕਲੀ ਸਾਨੂੰ ਇੱਕ ਖੋਜ ਹੈ, ਬਿਲਕੁਲ ਠੀਕ ਹੈ, ਖੋਜ ਹੈਗੀ ਹੈ, ਇਟਸ ਅ ਕੁਐਸਟ ਫਾਰ ਟਰੂਥ। ਅਸੀਂ ਕਿਸੇ ਵੀ ਫੀਲਡ ਵਿੱਚ ਕਹਿ ਲਓ ਜਿਹੜਾ ਫਰੰਟੀਅਰ ਹੈ ਨੌਲੇਜ ਦਾ, ਜਿਹੜਾ ਫਿਲਹਾਲ ਜੋ ਸਾਨੂੰ ਪਤਾ ਹੈ, ਜੋ ਉਹਦੀ ਬਾਉਂਡਰੀ ਹੈ, ਅਸੀਂ ਉਹਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਦੈਟ ਵੀ ਨੋ ਮੋਰ, ਤੇ ਅਸੀਂ ਜੋ ਸਾਨੂੰ ਹਲੇ ਨਹੀਂ ਪਤਾ ਉਸ ਦੇ ਬਾਰੇ ਜਾਣ ਪਾਈਏ। ਤੇ ਰਿਸਰਚ ਵੈਸੇ ਜੇ ਦੇਖਿਆ ਜਾਵੇ, ਰਿਸਰਚ ਤੇ ਜਿਹੜਾ ਸਪਿਰਿਚੁਅਲ ਪਰਸਿਊਟ ਹੈ, ਆਲਮੋਸਟ ਮੈਨੂੰ ਸਿਮਿਲਰ ਲੱਗਦਾ ਹੈ। ਸਪਿਰਿਚੁਅਲ ਪਰਸਿਊਟ ਵਿੱਚ ਵੀ ਤੁਸੀਂ ਇਹ ਗਿਆਨ ਹਾਸਲ ਕਰ ਰਹੇ ਹੋ, ਸੋ ਦੈਟ ਯੂ ਆਰ ਏਬਲ ਟੂ ਡਿਸਕਵਰ ਨਿਊ ਥਿੰਗਸ, ਤੇ ਰਿਸਰਚ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੀ ਡਿਸਕਵਰੀਜ਼ ਕਰ ਰਹੇ ਹੋ, ਦੋ ਔਨ ਅ ਵਰਲਡਲੀ ਲੈਵਲ। ਤੇ ਆਈ ਥਿੰਕ ਬੜਾ ਸੋਹਣਾ ਤੁਸੀਂ ਰੇਜ਼ ਕੀਤਾ ਹੈ ਪੁਆਇੰਟ ਕਿ ਅੱਜ ਦਾ ਯੂਥ ਰਿਸਰਚ ਵਿੱਚ ਨਹੀਂ ਜਾ ਰਿਹਾ, ਜ਼ਰੂਰ ਜਾਣਾ ਚਾਹੀਦਾ ਆਈ ਵੁੱਡ ਸੇ। ਆਈ ਥਿੰਕ ਇੱਕ ਤਾਂ ਮੇਨ ਜਿਹੜਾ ਰੀਜ਼ਨ ਹੈ ਕਿ ਸਾਡੀ ਜਿਹੜੀ ਰੇਸ ਲੱਗੀ ਹੋਈ ਹੈ ਕਿ ਸਿਰਫ ਕੁਛ ਹੀ ਪ੍ਰੋਫੈਸ਼ਨਸ ਨੇ ਉਹਨਾਂ ਨੂੰ ਹੀ ਪਰਸਿਊ ਕਰਨਾ ਹੈ, ਇਫ ਇਟਸ ਇੰਜੀਨੀਅਰਿੰਗ ਔਰ ਬਿਕਮਿੰਗ ਅ ਡਾਕਟਰ, ਸੋ ਉਹ ਬੜੇ ਡੋਮੀਨੈਂਟ ਨੇ ਸਾਡੀ ਸਾਡੀ ਸੋਸਾਇਟੀ ਵਿੱਚ ਵੀ, ਕਿ ਪੇਰੈਂਟਸ ਵੀ ਬੱਚਿਆਂ ਨੂੰ ਇਨਕਰੇਜ ਕਰਦੇ ਨੇ ਬਸ ਇਹੀ, ਐਜ਼ ਇਫ ਇਹੀ ਦੋ ਪ੍ਰੋਫੈਸ਼ਨਸ ਨੇ। ਬਟ ਆਈ ਥਿੰਕ ਯੂਥ ਸ਼ੁੱਡ ਡੈਫੀਨੇਟਲੀ ਐਕਸਪਲੋਰ ਮੋਰ ਆਪਸ਼ਨਸ, ਤੇ ਅੱਜ ਆਈ ਥਿੰਕ ਇਹ ਟ੍ਰੈਜਡੀ ਹੈ ਕਿ ਸਾਡੇ ਕੋਲ enough researchers nahi hage, in fact sanu sikh historians di lod hai jehde ke history research karan, philosophers di lod hai, economists di lod hai, sanu hor bade fields ne academics vich jithe sanu top level high quality cutting edge research di lod hai, te zarur youth nu agge aana chahida hai. I think the first step is ke pehle assi aware hoiye ke hunda ki hai, bade bachiyan nu pata hi nahi hunda acha hai vi koi pathway hai, so the first step is just getting to know ki research hundi hai, it exists, ki hundi hai, us vich jaan da tarika ki hai, us naal ki hunda hai, so ek first steps ne, and I'm it's really great ki tusi a point leke aaye, te definitely I would say ki youth zarur, youth nu chahida hai ki hor is passe bare sochan, even je tusi science vich interested ho, ਜ਼ਰੂਰੀ ਨਹੀਂ ਕਿ ਤੁਸੀਂ ਜੇ ਫਿਜ਼ਿਕਸ ਇੰਟਰਸਟਿਡ ਹੋ ਤੇ ਤੁਸੀਂ ਇੰਜੀਨੀਅਰਿੰਗ ਹੀ ਬਣਨਾ ਹੈ, ਤੁਸੀਂ ਫਿਜ਼ਿਕਸ ਵਿੱਚ ਰਿਸਰਚ ਕਰ ਸਕਦੇ ਹੋ, ਕੈਮਿਸਟਰੀ ਵਿੱਚ ਅੱਗੇ ਰਿਸਰਚ ਕਰ ਸਕਦੇ ਹੋ। ਅੱਜ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਇੱਕ ਵੀ ਸਿੱਖ ਨਹੀਂ ਹੈ ਜਿਸਨੂੰ ਅੱਜ ਤੱਕ ਨੋਬਲ ਪ੍ਰਾਈਜ਼ ਮਿਲਿਆ ਹੋਵੇ, ਐਂਡ ਨੋਬਲ ਪ੍ਰਾਈਜ਼ ਕਾਹਦੇ ਵਾਸਤੇ ਮਿਲਦਾ ਹੈ? ਨੋਬਲ ਪ੍ਰਾਈਜ਼ ਰਿਸਰਚ ਵਾਸਤੇ ਮਿਲਦਾ ਹੈ, ਕਟਿੰਗ ਐਜ ਰਿਸਰਚ ਵਾਸਤੇ। ਸੋ ਜੇ ਤੁਸੀਂ ਆਈ ਥਿੰਕ ਸਿੱਖ ਸਿੱਖ ਯੂਥ ਨੂੰ ਆਪਣਾ ਇਹ ਗੋਲ ਬਣਾਉਣਾ ਚਾਹੀਦਾ ਹੈ ਕਿ ਆਈ ਵਿਲ ਬੀ ਦ ਨੈਕਸਟ at one day I will contribute so much to the world of science, physics, chemistry that I will win the Nobel Prize in physics, chemistry, medicine. So eh jehde nave fields ne zarur explore karne chahide ne. Ji ਮੈਨੂੰ ਸਾਡੇ ਕੋਲ ਨਾ ਕੁਝ ਸਵਾਲ ਸੰਗਤ ਪਾਸੋਂ ਆਏ ਸੀਗੇ, ਤੇ ਅਸੀਂ ਚਾਹਾਂਗੇ ਕਿ ਆਪਾਂ ਉਹਨਾਂ ਸਵਾਲਾਂ ਨੂੰ ਵੀ ਲੈ ਪਾਈਏ। ਸੋ ਅਜੇ ਕੋਈ ਪਹਿਲਾ ਸਵਾਲ ਦੀ ਮੈਂ ਗੱਲ ਕਰਾਂ, ਸੰਗਤ ਵਿੱਚ ਸਾਨੂੰ ਆਇਆ ਸੀ ਕਿ ਹਾਊ ਡਸ ਟੈਕਨੋਲੋਜੀ ਅਵੇਲੇਬਲ ਟੂਡੇ ਹੈਲਪ ਅਸ, ਹੈ ਨਾ? ਸੀਮਸ ਲਾਈਕ ਯੂ ਆਲਵੇਜ ਬੀ ਵੈਰੀ ਫਾਰ ਆਫ ਯੂਜਿੰਗ ਸੋਸ਼ਲ ਮੀਡੀਆ ਪਲੇਟਫਾਰਮ ਐਂਡ ਸਰਚਿੰਗ ਫਾਰ ਐਜੂਕੇਸ਼ਨ ਓਨਲੀ, ਸੋ ਇਟ ਇਜ਼ ਇਟ ਰਾਈਟ? ਔਰ ਮਤਲਬ ਜਿਵੇਂ ਆਪ ਜੀ ਕੋ ਇਹ ਤਾਂ ਸਾਨੂੰ ਕਈ ਵਾਰ ਲੱਗਦਾ ਹੈ ਕਿ ਇਹ ਬੰਦਾ ਇਹ ਬੱਚਾ ਪੜ੍ਹਨ ਵਾਲਾ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਤਾਂ ਹੋਏਗਾ ਨਹੀਂ, ਕਿਉਂਕਿ ਅੱਜ ਕੱਲ੍ਹ ਦਾ ਯੂਥ ਸੋਸ਼ਲ ਮੀਡੀਆ ਤੇ ਬਹੁਤ ਟਾਈਮ ਸਪੈਂਡ ਕਰਦਾ, ਹੈ ਨਾ? ਅਸੀਂ ਜੋ ਟਾਈਮ ਸਾਨੂੰ ਬਾਕੀ ਚੀਜ਼ਾਂ ਨੂੰ ਲੱਭਣ ਵਾਸਤੇ ਕਰਨਾ ਚਾਹੀਦਾ ਹੈ, ਲਾਈਕ ਸਕਾਲਰਸ਼ਿਪ ਥਿੰਗ, ਹੈ ਨਾ, ਅਸੀਂ ਸੋਸ਼ਲ ਮੀਡੀਆ ਤੇ ਬਹੁਤ ਟਾਈਮ ਸਪੈਂਡ ਕਰਦੇ ਹਾਂ, ਸੋ ਉਹ ਟੈਕਨੋਲੋਜੀ ਦਾ ਕਿਵੇਂ ਯੂਜ਼ ਕਰਨਾ? ਯਾ, ਸੋ ਆਈ ਥਿੰਕ ਟੈਕਨੋਲੋਜੀ, ਸੋ ਮੈਂ ਵੀ ਯੂਜ਼ ਕਰਦੀ ਹਾਂ ਸੋਸ਼ਲ ਮੀਡੀਆ, ਮੈਂ ਬੜੀ ਦੇਰ ਫੇਸਬੁੱਕ ਤੇ ਐਕਟਿਵ ਹੁੰਦੀ ਸੀ, ਬਟ
आई थिंक ओवर टाइम मैं रियलाइज कीता कि ये रुकावट बन रहा है मेरी प्रोग्रेस विच. सो जो जिमें फॉर एग्जाम्पल मैं ऑक्सफर्ड सी, मेरे पेपर आने वाले ने, तो मैं रोक ही नहीं पा रही अपने माइंड में वो तो बाहर आने. तो ये सच्ची प्रॉब्लम है, सैल्फ कंट्रोल प्रॉब्लम हो जाती, एडिक्शन हो जाती हौली हौली. तो आई थिंक जे थोड़ा गोल थोड़े सामने है, यू नो कि मैं इतने पहुंचना है, मैं इस कॉलेज एडमिशन लेनी है, या जो भी मेरा गोल है, मैं इतों ग्रेजुएट करना है, तो जो फर्स्ट स्टेप इज कि तुम अवेयर होवो मेरा गोल की है. फिर जिमें असी आम देखते हैं बच्चे बाद विच देयर एंडिंग अप विद रिग्रेट, है ना, यूज कर लिया बाद में सोचा हो मैं तो इन्ना टाइम वेस्ट कर दिता. पर जे तुम देखते हो कि थोड़े तो चे पैटर्न आ रहा है, तुम बहुत यूज कर रहे हो फिर बाद चो पछता रहे हो, तो फिर रैशनली तुम्हें की करना चाहिए. आइडेंटिफाई द ऑब्सटेकल, थोड़े पाथ थोड़ा गोल की है, पाथ की सी, तो रस्ते च रुकावट की आ रही है. सो मैं परसनली मैं रियलाइज किया फेसबुक मेरी रुकावट है, ये रुकावट बन रही है, इन ये मैनू रोक रही है फ्रॉम परस्यूइंग माई गोल. तो यू नो वंस आई रियलाइज दैट मैं ऐप ही डिलीट कर दिती. तो इनफैक्ट मैं लाइक आई मीन माई हसबेंड एंड आई वी कीप ऑन ट्राइंग आउट न्यू थिंग्स. असी अपना पासवर्ड दूजे दे दें तो मैं कह दें मैं दसी ना, सो दैट थोड़ा अर्ज भी हो खोलन की, तुम्हें पासवर्ड ही नहीं याद, किसी पूछना पेगा, इट जस्ट मेक्स इट कॉस्टली फॉर यू टू to start using it. So kise bhi tarah koi bhi tarika apnao to get rid of it, te tai tusi apne goal te focus kar sakoge. So and apart from that assi technology nu bade changi tarike naal vi use kar sakde ha. Main aajkal twitter te zyada time spend karde ha, but that is not to say ke assi sare facebook chhad ke twitter te aa jiye. The only thing is ke eventually I have realized ke bade sare economists researchers twitter se active hunde ne te oh apni research paande rehnde ne, so main je unhanu follow kardi ha, I feel ke I remain aware of what's happening in the field, te is tarah main apna jehda free time hai ohnu productively use kar paani ha. So is tarah assi keh lo balance kar sakde ha. Ji yeah, bilkul beautiful point. अजकल बहुत ज्यादा प्रॉब्लम है क्योंकि साड़ी यूथ नू ए बहुत इजीली बच्चे नू 8th 9th स्टैंडर्ड विच जो फोन मिल जाता है द फर्स्ट थिंग वी डू इज की वी इंस्टॉल फेसबुक एंड इंस्टाग्राम एंड साडा बहुत सारा समा पढ़ाई तो उठ के इन्हां चीजां विच लग जाता है. सो ब्यूटीफुली आप जी ने बड़े प्यार नाल एक्सप्लेन. या एक और गल मैं कहना चाहूंगी, तुसी हौली रियलाइज करोगे कि जेड़ा सोशल मीडिया इट्स एन इल्यूजन, ये सच नहीं है. एट द एंड ऑफ द डे इट्स अ फेक थिंग, एग्जैजरेटेड थिंग, हर बंदा अपने आप नू सेल कर रहा है, पब्लिसिटी कर रहा है. ते इट द सूनर यू रियलाइज इट द बेटर इट विल बी तुहाड़ी पर्सनल ग्रोथ वास्ते. ये हौली हौली ऑब्सटिकल बन सकता है. सो जिनी जल्दी तुसी अपने आप नू इहदे विचों विदड्रॉ कर लैंदे हो ते अपनी टाइम नू पॉजिटिवली चैनलाइज कर लैंदे हो, उन्नी तुसी जल्दी प्रोग्रेस कर सकते हो. सो बहुत अच्छा क्वेश्चन है जिन्हें भी पूछे है. The fact that they're asking this question means ke unhone sochna shuru kar deta hai ke eh meri life is rukawat ban raha hai. So that's a great first step. Ji, yeah. Realize karna first step hai, but sanu is cheez nu naal leke zarur chalna chahida hai ki assi apne din da sama hega jehda ohnu kive utilize karde ha. So next question pe ji ab sanu sangeet walu aaya siga ki specially kyunki hun lockdown da sama hega, specially in lockdown what can be the key to utilize time and invest time in right direction, kyunki sanu pata hai ki pura din assi kar rahe hunne aa te sade kol hor zyada sama hunda hai cheezan te invest karan da. So what is the right way to invest? Great. Books padhniya chahidiyan sanu vad to vad. Dekho ki aaj kal kehdiyan best sellers ne, that's how you can screen for quality. Bazaar vich books padhiyan tarah di hundiyan ne, high quality, low quality, medium quality, hai na. Par je tusi किसी तरह फिल्टर कर लो भी इन्हों टॉप बुक्स केड़ियाँ ने. सो मैं यूजली फॉलो कर दी सी कि आई वुड जस्ट रीड द बेस्ट सैलरस के जेडी भी अजकल या कोई अवार्ड विनिंग बुक्स ने जिन्होंने प्राइज मिले, बुकर प्राइज या कोई भी पुलिटजर प्राइज, सो उतों की शुरू कर लो. दूजा मैं कहूँगी जर्नलिंग जरूर करो. जर्नलिंग मतलब डायरी लिखनी, हर रोज अपने विचार लिखने. बिकॉज जे तुसी सिर्फ पढ़ रहे हो, मे बी तुसी ओनू तुसी मे बी तुसी सिर्फ सरफेस से पढ़ रहे हो, ओनू
ਡੀਪ ਲੈਵਲ ਤੇ ਕਨੈਕਟ ਨਹੀਂ ਕਰ ਰਹੇ ਸੋ ਯੂ ਨੀਡ ਟੂ ਫਾਈਂਡ ਅ ਵੇ ਟੂ ਕਨੈਕਟ ਵਿਦ ਥਿੰਗਸ ਡੀਪਲੀ ਤੇ ਜਰਨਲਿੰਗ ਕਰਨ ਨਾਲ ਇਹ ਰਿਸਰਚ ਹੈ ਕਿ ਜਿਹੜੇ ਲੋਕ ਜਰਨਲ ਕਰਦੇ ਨੇ ਡਾਇਰੀ ਲਿਖਦੇ ਨੇ ਉਹ ਆਪਣੇ ਬਾਰੇ ਮੋਰ ਸੈਲਫ ਅਵੇਅਰ ਹੁੰਦੇ ਨੇ ਤੇ ਦੂਜੀ ਗੱਲ ਉਹ ਆਪਣੇ ਥਾਟਸ ਨੂੰ ਬਹੁਤ ਸੋਹਣੀ ਤਰੀਕੇ ਨਾਲ ਆਰਟੀਕੂਲੇਟ ਕਰ ਪਾਉਂਦੇ ਨੇ ਤੇ ਤੀਸਰੀ ਗੱਲ ਦੇ ਆਰ ਆਲਸੋ ਬੈਟਰ ਐਟ ਪ੍ਰੋਬਲਮ ਸੋਲਵਿੰਗ ਸੋ ਆਈ ਥਿੰਕ ਜਰਨਲਿੰਗ ਬੜੀ ਇੰਪੋਰਟੈਂਟ ਚੀਜ਼ ਹੈ ਤੇ ਸਾਰੇ ਬੱਚੇ ਤੁਸੀਂ ਲੋਕਡਾਊਨ ਵਿੱਚ ਹੈਗੇ ਹੋ ਵੱਧ ਤੋਂ ਵੱਧ ਬੁੱਕਸ ਪੜ੍ਹੋ ਭਾਈ ਮੈਂ ਕੁਛ ਬੁੱਕਸ ਦੇ ਨਾਮ ਵੀ ਜ਼ਰੂਰ ਦੱਸਾਂਗੀ ਸੋ ਆਈ ਥਿੰਕ ਵਨ ਬੁੱਕ ਜਿਹੜੀ ਕਿ ਮੈਨੂੰ ਸਕੂਲ ਟਾਈਮ ਤੇ ਬੜੀ ਇਨਫਲੂਐਂਸ ਕੀਤੀ ਹੈ ਦੈਟ ਵਾਜ਼ ਲੈਂਗੁਏਜ ਆਫ ਗੋਡ ਬਾਏ ਫਰਾਂਸਿਸ ਕੋਲਿੰਸ ਸੋ ਇੱਕ ਬਾਇਓਲੋਜਿਸਟ ਹੈ ਜਿਹਨੇ ਰਿਲੀਜਨ ਬਾਰੇ ਲਿਖਿਆ ਹੈ ਤੇ ਮੈਨੂੰ ਕਈ ਵਾਰ ਜਿਵੇਂ ਸਕੂਲ ਵਿੱਚ ਕੁਐਸਚਨ ਆਉਂਦੇ ਸੀ ਕਿ ਰਿਲੀਜਨ ਤੇ ਸਾਇੰਸ ਵਿੱਚ ਡਿਸਕਨੈਕਟ ਹੈ ਤੇ ਇਸ ਬੁੱਕ ਨੇ ਸਪੈਸ਼ਲੀ ਉਸ ਡਿਸਕਨੈਕਟ ਨੂੰ ਰਿਜ਼ੋਲਵ ਕੀਤਾ ਬਿਕੋਜ਼ ਇਹ ਬੰਦਾ ਆਪ ਸਾਇੰਟਿਸਟ ਹੈ ਐਂਡ ਹੀ ਬਿਲੀਵਸ ਇਨ ਰਿਲੀਜਨ ਐਂਡ ਹੀ ਇਜ਼ ਏਬਲ ਟੂ ਮੇਕ ਕਨੈਕਸ਼ਨਸ ਤੇ ਮੈਨੂੰ ਇਹ ਇੱਕ ਬੁੱਕ ਸੀ ਜਿਹਨੇ ਮੈਨੂੰ ਬੜਾ ਇੰਪਾਵਰ ਕੀਤਾ ਫਿਰ ਸੈਕਿੰਡਲੀ ਆਈ ਵੁੱਡ ਰੈਕਮੈਂਡ ਅਸਲ ਵਿਦਿਆ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਬੁੱਕ ਹੈ ਇਹਦੇ ਵਿੱਚ ਐਨੈਕਡੋਟਸ ਨੇ ਬੜੇ ਵੱਡੇ ਸਿੱਖ ਸਕਾਲਰ ਹੋਏ ਨੇ ਡਾਕਟਰ ਨੇਕੀ ਤੇ ਉਹਨਾਂ ਦੇ ਬੜੇ ਹੀ ਇੰਸਪੀਰੇਸ਼ਨਲ ਮੂਵਿੰਗ ਐਨੈਕਡੋਟਸ ਨੇ ਜਿਹੜੇ ਕਿ ਤੁਸੀਂ ਡਾਇਰੈਕਟਲੀ ਪੜ੍ਹ ਕੇ ਆਪਣੀ ਲਾਈਫ ਵਿੱਚ ਅਪਲਾਈ ਕਰ ਸਕਦੇ ਹੋ ਇਹਦੀ ਇੰਗਲਿਸ਼ ਟ੍ਰਾਂਸਲੇਸ਼ਨ ਵੀ ਅਵੇਲੇਬਲ ਹੈ ਇਟਸ ਕਾਲਡ ਪਰਲਸ ਆਫ ਵਿਜ਼ਡਮ ਫਿਰ ਥਰਡਲੀ ਆਈ ਵੁੱਡ ਸੇ ਕਲਾਸਿਕ ਬੁੱਕਸ ਜਿਵੇਂ ਕਿ ਭਾਈ ਵੀਰ ਸਿੰਘ ਜੀ ਦੀ ਉਹਨਾਂ ਦੀਆਂ ਲਿਖਤ ਰਚਨਾਵਾਂ ਜਿਸ ਤਰ੍ਹਾਂ ਕਿ ਅਸੀਂ ਰੀਸੈਂਟਲੀ ਪੜ੍ਹੀ ਹੈ ਸਤਵੰਤ ਕੌਰ ਮਤਲਬ ਯੂ ਰਿਅਲਾਈਜ਼ ਕਿ ਇੱਕ ਨਵਾਂ ਹੀ ਦੁਨੀਆ ਹੈ ਯੂ ਆਰ ਓਪਨਿੰਗ ਦ lock to some new door tonu jis tarah de unna ne likhat likhi hai with ek novel hi hai ek sort of novel hai but with sikh characters ne tusi apne aap nu us character de vich dekh sakde ho and how they're living their life so edda diyan inspirational books zarur padhiye te I mean hor vi apne friends de naal book clubs banaiye taaki assi eh book recommendations share kar sakiye and then apart from that journaling zarur kariye diary writing kariye te zarur apna ek na statement of purpose jime assi jadon apply karde ha scholarship waste ya bahar kise program vich enroll karan waste utthe tonu kiya janda statement of purpose likho te odon likhan di bajaye hune hi likh lo so jehde bacche hale school times ne hune hi socho ki mera purpose ki hai zarur oh jehda essay hai oh likhan di koshish karo har roz make a take a small step taaki tuhanu holi holi clarity honi shuru hove apne goals di te apne bare ji bilkul pehle ji hun assi purpose di gal kar rahe si to sangat vallo jehda sanu agla sawal aaya oh us purpose de related hi hai ki sanu ik pehn da sawal siga ki oh puch rahe ne ki what are your panthik goals te tode panth waste what are the things ki tusi eh cheez mann ch sochi hoi ki tusi eh cheez karna chahunde ho ਵਾਹਿਗੁਰੂ ਆਈ ਥਿੰਕ ਮੈਨੂੰ ਹਮੇਸ਼ਾ ਮੇਰੇ ਹਸਬੈਂਡ ਤੇ ਅਸੀਂ ਦੋਵੇਂ ਸੋਚਦੇ ਹਾਂ ਕਿ ਅਸੀਂ ਹਾਊ ਕੈਨ ਵੀ ਕੰਟਰੀਬਿਊਟ ਬੈਕ ਸਾਨੂੰ ਪੰਥ ਨੇ ਇੰਨਾ ਕੁਛ ਦਿੱਤਾ ਇੰਨਾ ਕੁਛ ਦਿੱਤਾ ਅਸੀਂ ਕਿਵੇਂ ਯੂ ਨੋ ਕਿਸੇ ਵੀ ਛੋਟੇ ਤਰੀਕੇ ਨਾਲ ਕਿਸ ਤਰ੍ਹਾਂ ਗਿਵ ਬੈਕ ਕਰ ਸਕਦੇ ਹਾਂ ਫਿਲਹਾਲ ਮੈਂ ਆਪਣੀ ਪੜ੍ਹਾਈ ਕਰ ਰਹੀ ਹਾਂ ਆਈ ਐਮ ਪਰਸਿਊਇੰਗ ਮਾਈ PhD ਤੇ ਆਈ ਥਿੰਕ ਇਹ ਵੀ ਦਿਸ ਇਜ਼ ਆਲਸੋ ਵੇ ਜਦੋਂ ਅਸੀਂ ਆਪਣੇ ਆਈਡੈਂਟੀ ਵਿੱਚ ਇਸ ਲੋਕਾਂ ਵਿੱਚ ਵਿਚਰ ਰਹੇ ਹਾਂ ਤੇ ਇੱਕ ਟੌਪ ਇੰਸਟੀਟਿਊਸ਼ਨ 'ਚ ਪੜ੍ਹਾਈ ਕਰ ਰਹੇ ਹਾਂ ਆਈ ਥਿੰਕ ਇਹ ਵੀ ਇਟ ਇਜ਼ ਅ ਵੇ ਟੂ ਕੰਟਰੀਬਿਊਟ ਟੂ ਦਾ ਪੰਥ ਜਸਟ ਥਰੂ ਐਕਸਲੈਂਸ ਇਨ ਅਕੈਡੈਮਿਕਸ ਤੇ ਦੂਸਰਾ ਅਸੀਂ ਇਹ ਵੀ ਟਰਾਈ ਕਰਦੇ ਹਾਂ ਕਿ ਜ਼ਰੂਰ ਮੈਂਟਰਿੰਗ ਕਰੀਏ ਜਿਹੜੇ ਵੀ ਕੋਈ ਬੱਚੇ ਸਾਡੀ ਨਜ਼ਰ ਵਿੱਚ ਆਉਂਦੇ ਨੇ ਜਿਹੜੇ ਕਿ ਹਾਈਲੀ ਏਬਲ ਨੇ ਬਟ ਮੇ ਬੀ ਉਹਨਾਂ ਨੂੰ ਸਪੋਰਟ ਚਾਹੀਦੀ ਹੈ ਅਸੀਂ ਜ਼ਰੂਰ ਟਾਈਮ ਕੱਢ ਕੇ ਉਹਨਾਂ ਨੂੰ ਸਪੋਰਟ ਕਰਦੇ ਹਾਂ ਮੈਂਟਰ ਕਰਦੇ ਆ ਤਾਂ ਕਿ ਉਹ ਵੀ ਆਪਣੇ ਗੋਲਸ ਤੱਕ ਪਹੁੰਚ ਸਕਣ ਜੀ ਸੋ ਯਾ ਹਾਂਜੀ ਬਾਕੀ ਗੁਰੂ ਸਾਹਿਬ ਬਖਸ਼ਿਸ਼ ਕਰਨ ਹੋਰ ਸੋਝੀ ਬਖਸ਼ਣ ਹੋਰ ਕਿਸ ਤਰ੍ਹਾਂ ਅਸੀਂ ਆਪਣੇ ਇਸ ਟਾਈਮ ਨੂੰ ਤੇ ਇਸ ਐਕਸਪੀਰੀਅੰਸ ਨੂੰ ਯੂਟੀਲਾਈਜ਼ ਕਰ ਸਕੀਏ ਪੰਥ ਵਾਸਤੇ ਬਿਲਕੁਲ ਜੀ ਜੇ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰੀਏ ਤੇ ਇੱਕ ਸਵਾਲ ਮੇਰੇ ਮਨ ਵਿੱਚ ਹੁਣੇ ਆ ਰਿਹਾ ਸੀਗਾ ਕਿ ਪੜ੍ਹਾਈ ਫੈਮਿਲੀ ਔਰ ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਇਸ ਦੇ ਸਮਥਿੰਗ ਐਲਸ ਜੋ ਕਿ ਸਾਨੂੰ ਕਰਨ ਚ ਬਹੁਤ ਮਜ਼ਾ ਆਉਂਦਾ ਹੈ ਨਾ ਅਸੀਂ ਕੀਰਤਨ ਔਰ ਸਹਿਜ ਪਾਠ ਸੁਣਿਆ ਹੈ ਨਾ ਆਪ ਜੀ 31 ਰਾਗਾਂ ਵਿੱਚ ਕੀਰਤਨ ਦੀ ਜਾਣੂ ਹੋ ਹੈ ਨਾ ਮਹਾਰਾਜ ਦੀ ਕਿਰਪਾ ਹੈ ਆਪ ਜੀ ਤੇ ਹੈ ਨਾ ਤੇ ਫਿਰ ਹੋਰ ਕੁਛ ਜਿਵੇਂ ਅਸੀਂ ਪੜ੍ਹਦੇ ਸੀਗੇ ਤੇ ਵੀ ਗੋਟ ਟੂ ਨੋ ਕਿ ਦੇਰ ਸਮ ਲਿਟਲ ਆਰਗਨਾਈਜੇਸ਼ਨ ਆਪ ਜੀ ਨੇ ਬਣਾਈ ਸੀ ਬੱਚਿਆਂ ਦੀ ਸਟੱਡੀ ਵਾਸਤੇ ਸੋ ਉਹਦੇ ਬਾਰੇ ਆਪ ਜੀ ਕੁਛ ਦੱਸਣਾ ਕਰੋ
हाँ जी श्योर। जदों मैं 12th क्लास च हुंदी सी, मैं छुट्टियां जदों छुट्टियां होईयां 12th क्लास तों बाद, ते मैं आम ही देखदी हुंदी सी पहलां वी कि बड़े मजदूरां दे बच्चे आस पास घूमदे हुंदे सी। सो साडी कॉलोनी नवीं बन रही सी उदों, बड़ी सारी कंस्ट्रक्शन हो रही सी, ते तुसीं आम इंडिया विच कंस्ट्रक्शन लेबरर जिहड़े हुंदे ने ओह माइग्रेंट लेबरर हुंदे ने, ते ओह पूरी दी पूरी फैमिली उत्थे रह रही हुंदी है। सो मैं देखती सी बच्चे इदां ही गलियां च घूमदे रहिंदे ने, छोटे छोटे बच्चे, ते बिकॉज दे वर माइग्रेंट्स, उन्हां नूं इह वी हुंदा सी कि स्कूल ना ही दाखल कराइए क्योंकि की पता किन्नी देर एक जगह ते रहना है। सो बड़ी सारी प्रॉब्लम्स हुंदियां सी, ते जदों मैनूं टाइम मिलिया छुट्टियां होईयां ते आई स्टार्टेड टीचिंग देम। साडे घर दे सामने बिल्कुल पार्क हुंदा सी, ते मैं एक दिन वैसे ही बच्चियां नूं पुछिया, गली च घूम रहे सी, मैं क्या आप पढ़ोगे क्या, कहिंदे हाँ जी, ते एकदम आ गए एकदम, मतलब दे वर सो एंथुजियास्टिक किसी ने साडे नाल गल कीती है। ते मैं उस उदों एक एबीसी वाला चार्ट लिया ते उन्होंने एबीसी बनानी शुरू कर दी, एंड इट वाज सो फुलफिलिंग एक्सपीरियंस। ते मैं देखियो, मैनू ये नहीं कह अपने आप बच्चे कहन के मैम कल कितने बजे आना है, ते मैं हालांकि मैं सोचा नहीं सी भी कल भी शुरू करांगे, पर वो बच्चे उन्हां दी ऐसी कह लो खिच हैगी सी, उन्होंने कहा कल भी आवांगे इत्थे आवांगे तुसीं पढ़ाना सानू। ते हौली हौली करदे करदे एक छोटी जी क्लास बन गई, असीं उहदा नाम रख लिया एक्लेयर क्लास। ते हौली हौली मेरे कई काफी फ्रेंड्स, स्कूल फ्रेंड्स ने वॉलंटियर करना शुरू कर दिता, ते असीं लेसन प्लान्स बना ले, डिवाइड कर लिया काम कि किस तरह बच्चों नू जो जो वट एवर दे आर मिसिंग आउट ऑन, जिवें कि हाइजीन बारे उन्होंने दसिया, जो जो चीज़ा उन्होंने नहीं मिल रही असं किवें प्रोवाइड करिए इनफॉर्मली। ते एट द एंड ऑफ दिस लाइक 2-3 मंथ क्लास, असी वी मेड श्योर कि वी गॉट देम एनरोल्ड इन फॉर्मल स्कूल्स। उदों आरटीई उदों ही पास होया सी, सो असी जाके प्रिंसिपल्स नाल गल कीती, उन्हां नूं एनरोल कराया, ते बड़ी कह लो मन नूं सैटिस्फैक्शन मिलदी है। सो तुसी यू आर एबल टू मेक अ डिफरेंस इन द लाइफ ऑफ समवन एल्स। ते इस तरह ही दिल्ली जाके भी इनिशिएटिव कंटिन्यू रहा, ते गुरु साहब की कृपा नाल एक कोई 3-4 साल तक मेरे जूनियर्स, यू नो आफ्टर आई मूव टू ऑक्सफर्ड, ते हुण इत्थे हाँ, कुछ कुछ देर तक मेरे जूनियर्स इन्हों कंटिन्यू करते रहे, हुण भी काफी जने पुछते रहते हैं। सो असी एक हैंडबुक बनाई हुई है जिस विच लेसन प्लान्स कट्ठे किए हुए ने कि किवें पढ़ा सकते हैं। इनफैक्ट कोई भी स्कूल का बच्चा, वेन एवर यू आर फ्री, हुण तो नहीं बिकॉज इन पैंडेमिक टाइम्स ने, कोई होर क्रिएटिव वे लभो किस तरह तुसी ये कर सकते हो, बट जरूर अवेयर होइए कि असं अपनी सोसाइटी च कितने कॉन्ट्रीब्यूट कर सकते हैं, किवें कर सकते हैं, वॉलंटियर जे कर सकिए, या किसी दी भी लाइफ विच कोई भी अपने लेवल ते इफ यू कैन मेक अ डिफरेंस जरूर करिए। जी बिल्कुल भैन जी, असि कंक्लूजन वाल आइए। सो वन लास्ट थिंग फ्रॉम योर साइड, पंथ वास्ते, कौम वास्ते एंड स्पेशली यूथ वास्ते अ लास्ट मैसेज। यूथ वास्ते मैसेज यही है कि कीप ऑन ट्राइंग, स्ट्राइव फॉर पर्सनल एंड स्पिरिचुअल ग्रोथ, जरूर वध तो वध बी एडवेंचरस इन योर एकेडमिक जर्नी, जरूर नवी नवी अपॉर्चुनिटीज ट्राई करो, ते एंड एंड मेक श्योर यू फॉलो विद ग्रिट एंड परसिस्टेंस। अपना नितनेम कदे ना छड़ो, रिमेन कनेक्टेड टू गुरु, रिमेन कनेक्टेड टू योर रूट्स, ते वंस यू हैव गुरु बाय योर साइड, सो सतगुर प्यारा मेरे नाल है जिथे किथे मैनू लए छाए, फिर तुहानू कोई भी मुश्किल आके तुहानू डरा नहीं सकती, वंस यू हैव गुरु बाय योर साइड। ब्यूटीफुल पेंटी, आप जी का बहुत बहुत धन्यवाद, थैंक यू सो मच फॉर वाहेगुरु ज्वाइनिंग, अपना प्रेशियस टाइम सानू देने वास्ते। अज साडी कौम नू आप जी वर्गी भैणा दी वीरा दी बहुत लोड़ है जिहड़े साडे वास्ते एक रोल मॉडल बन सकन, साडी एज दे विच रहिंदे आ, है ना, उस माइलस्टोन दे पहुंच सकन जिहदे वास्ते कि मेरे वर्गे बच्चे तुसी कॉलेज विच हुंदे आ, है ना, असीं उस चीज वल देखिए ते साडे मन विच ओह चाह पैदा होवे कि नहीं मैनू भी उस भैन वांग उस वीर वांग उस जगह ते पहुंचना है। सो थैंक यू सो मच फॉर वाहेगुरु, ज्वाइनिंग भैन जी, आई होप कि थैंक अगे यू भी जी। असीं आगे देवांगे, आप जी जरूर हाजिर होवोगे, सारी संगत वालों आप जी का बहुत बहुत शुक्राना भैन जी। वाहेगुरु, थैंक यू जी, थैंक यू फॉर ऑर्गेनाइजिंग दिस वंडरफुल टॉक, ते बड़ा बड़ा प्यारा इनिशिएटिव है, तुसी बड़े नु कनेक्ट कर रहे हो, थैंक यू फॉर हैविंग मी। वाहेगुरु जी का खालसा, वाहेगुरु जी की वाहिगुरु फतेह। जी का खालसा, वाहिगुरु जी की फतेह। सो थैंक यू, ਜਿਵੇਂ ਕਿ ਅਸੀਂ ਹੁਣੇ ਪੈਂਜੀ ਨਾਲ ਗੱਲ ਕਰ ਰਹੇ ਸੀ, ਤੇ ਇੱਕ ਚੀਜ਼ ਜੋ ਅਸੀਂ ਪੈਂਜੀ ਦੇ ਜੀਵਨ ਤੋਂ ਸਿੱਖ ਪਾਈਏ
ਤੇ ਉਹਨਾਂ ਸਾਰੇ ਗੁਰਸਿੱਖਾਂ ਪਾਸੋਂ ਸਿੱਖ ਪਾਈ ਹੈ, ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਰਹਿੰਦਿਆਂ, ਇਸ ਗੁਰਸਿੱਖੀ ਬਾਣੀ ਦੇ ਵਿੱਚ ਰਹਿੰਦਿਆਂ ਉਸ ਮੁਕਾਮ ਤੇ ਹਾਸਲ ਕੀਤਾ। ਤੇ ਇੱਕ ਬੜੀ ਪਿਆਰੀ ਚੀਜ਼ ਹੁਣੇ ਭੈਣ ਜੀ ਆਖੀ ਕਿ ਜਿਸ ਗੁਰਸਿੱਖ ਦੇ ਕੋਲ ਆਪਣਾ ਅੰਮ੍ਰਿਤ ਵੇਲਾ ਹੋਵੇ, ਉਸ ਵਾਸਤੇ ਦੁਨੀਆਂ ਦੀ ਸਾਰੀ ਔਕੜਾਂ ਗੁਰਸਿੱਖ ਆਪਣੇ ਆਪ ਦੂਰ ਕਰ ਦਿੰਦੇ ਨੇ। ਸੰਗਤ ਜੀ, ਹਮੇਸ਼ਾ ਇੱਕ ਚੀਜ਼ ਦਾ ਯਾਦ ਰੱਖੀਏ ਕਿ ਜਿਸ ਵੇਲੇ ਮੈਂ ਗੁਰੂ ਨੂੰ ਆਪਣੇ ਅੰਗ ਸੰਗ ਸਮਝ ਕੇ, ਗੁਰੂ ਸਾਹਿਬ ਦੇ ਬਾਣੀ ਦੇ ਨਾਲ ਪ੍ਰੇਮ ਪਾ ਕੇ, ਸਹਿਜ ਪਾਠ ਕਰਕੇ, ਬਾਣੀ ਪੜ੍ਹ ਕੇ, ਨਿਤਨੇਮ ਕਰਕੇ ਉਸ ਗੁਰੂ ਦੇ ਨਾਲ ਸਾਂਝ ਬਣਾਈ, ਤਾਂ ਜਿੱਥੇ ਮੈਨੂੰ ਦੁਨਿਆਵੀ ਵਿਦਿਆ ਦੇ ਵਿੱਚ ਹੈਲਪ ਹੋਏਗੀ, ਜਿੱਥੇ ਮੈਂ ਦੁਨੀਆਂ ਦੇ ਵਿੱਚ ਉਸ ਗੁਰੂ ਦੇ ਸਰੂਪ ਨੂੰ ਰੀਪ੍ਰਜੈਂਟ ਕਰ ਪਾਵਾਂਗਾ, ਉੱਥੇ ਮੈਂ ਅਧਿਆਤਮਿਕ ਜੀਵਨ ਦੇ ਵਿੱਚ ਵੀ ਐਸਾ ਗਰੋ ਕਰਾਂਗਾ ਕਿ ਮੈਨੂੰ ਗੁਰੂ ਸਾਹਿਬ ਦਾ ਉਹ ਪ੍ਰੇਮ, ਉਹ ਰੱਬੀ ਰਸ, ਉਹ ਨੂਰ ਮਿਲ ਪਾਏਗਾ ਜੋ ਗੁਰੂ ਸਾਹਿਬ ਆਪਣੀ ਬਖਸ਼ੀ ਹੋਈ ਸੰਗਤ ਨੂੰ ਬਖਸ਼ਦੇ ਨੇ। ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨਾਲ ਜੁੜਨ ਵਾਸਤੇ। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਸੰਗਤ ਜੀ। ਆਪ ਜੀ ਨੇ ਬਹੁਤ ਪਿਆਰ ਦਿੱਤਾ ਹੈ ਇਸ ਸਿੱਖੀ ਸਪੀਕਸ ਦੇ ਉਪਰਾਲੇ ਨੂੰ ਫਰੋਮ ਦ ਡੇ 1 ਟੂ ਟੂਡੇ। ਤੇ ਆਪ ਜੀ ਤੋਂ ਉਮੀਦ ਹੈ ਕਿ ਅੱਗੇ ਵੀ ਆਪ ਜੀ ਸਾਨੂੰ ਏਦਾਂ ਹੀ ਸਹਿਯੋਗ ਦਿੰਦੇ ਰਹੋਗੇ। ਅਸੀਂ ਆਪ ਜੀ ਦੇ ਸਹਿਯੋਗ ਸਦਕਾ ਹੀ ਅੱਗੇ ਫਿਰ ਇੱਕ ਹੋਰ ਨਵੀਂ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਨਾਲ ਜੁੜਾਂਗੇ। ਤਦ ਤੱਕ ਲਈ ਆਪ ਜੀ ਕਿਰਪਾ ਕਰੋ ਇਸ ਚੀਜ਼ ਨੂੰ, ਜੇਕਰ ਆਪ ਜੀ ਵਾਸਤੇ ਲਾਹੇਵੰਦ ਸਾਬਤ ਹੋਈ, ਆਪ ਸੁਣੋ, ਆਪਣੇ ਪਰਿਵਾਰ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਚੀਜ਼ ਨੂੰ ਸ਼ੇਅਰ ਕਰੋ, ਤਾਂ ਜੋ ਸਿੱਖੀ ਦਾ ਉਹ ਸੁਨੇਹਾ ਜਿਸ ਵਾਸਤੇ ਅਸੀਂ ਅੱਜ ਮਿਲੇ ਬੈਠੇ ਹਾਂ, ਅਸੀਂ ਇਸ ਲੋਕਡਾਊਨ ਦੇ ਸਮੇਂ ਨੂੰ ਯੂਟੀਲਾਈਜ਼ ਕਰਦੇ ਆ ਉਸ ਸੁਨੇਹੇ ਨੂੰ ਘਰ ਘਰ ਪਹੁੰਚਾ ਪਈਏ। ਸੋ ਮੇ ਬੀ ਸਾਡਾ ਬੋਲਿਆ ਹੋਇਆ ਇੱਕ ਸੈਂਟੈਂਸ ਕਿਸੇ ਦੀ ਲਾਈਫ ਚੇਂਜ ਕਰ ਪਾਵੇ, ਕਿਸੇ ਦੀ Thank you.